ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਵਾਈਬ ਪੰਜਾਬ ਦੇ ਉੱਤੇ ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ ਆਪਣੇ ਕੰਪਿਊਟਰ ਕੋਰਸ ਦੇ ਲਈ ਜਿਹੜਾ ਕਿ ਆਪਾਂ ਸਪੈਸ਼ਲ ਪਟਵਾਰੀ 2021 ਦੇ ਲਈ ਕਰ ਰਹੇ ਹਾਂ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਤੇ ਟੈਸਟ ਸੀਰੀਜ਼ ਬਾਰੇ ਸਾਰੇ ਸਟੂਡੈਂਟ ਨੂੰ ਪਤਾ ਚੱਲ ਗਿਆ ਹੋਊਗਾ ਕਾਫੀ ਮੈਸੇਜ ਆ ਰਹੇ ਸੀ ਔਰ ਕਾਫੀ ਬੱਚਾ ਨੇ ਪਰਚੇਜ ਕਰ ਲਈ ਹੈ ਰਾਈਟ ਹੈ ਬਹੁਤ-ਬਹੁਤ ਸ਼ੁਕਰੀਆ ਸਭ ਦਾ ਇਸ سپورਟ ਕਰਨ ਦੇ ਲਈ ਔਰ ਦੂਸਰਾ ਇੱਕ ਕੁਐਰੀਜ਼ ਬਹੁਤ ਜ਼ਿਆਦਾ ਆ ਰਹੀ ਹੈ ਕਿ ਸਰ ਪੰਜਾਬੀ ਦੇ ਵਿੱਚ ਪ੍ਰੋਵਾਈਡ ਕਰ ਦੋ ਤੇ ਫਿਲਹਾਲ ਅਜੇ ਮੇਰੇ ਕੋਲ ਟਾਈਮ ਨਹੀਂ ਸੀਗਾ ਰਾਜੇਸ ਕਰਕੇ ਮੈਂ ਕੀ ਕੀਤਾ ਉਹਨੂੰ ਇੰਗਲਿਸ਼ ਦੇ ਵਿੱਚ ਹੀ ਲਿਖਿਆ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਪੰਜਾਬੀ ਟਾਈਪਿੰਗ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਹੋ ਸਕਿਆ ਤਾਂ ਮੈਂ ਇਗਜ਼ਾਮ ਤੋਂ ਪਹਿਲਾਂ ਤੁਹਾਨੂੰ ਕਨਵਰਟ ਕਰਕੇ ਦੇ ਦੂੰਗਾ ਠੀਕ ਹੈ ਤੇ ਮਤਲਬ ਕਿ ਪੱਕਾ ਮੈਂ ਤੁਹਾਡੇ ਨਾਲ ਵਾਅਦਾ ਨਹੀਂ ਕਰਦਾਗਾ ਲੇਕਿਨ ਕੋਸ਼ਿਸ਼ ਜ਼ਰੂਰ ਕਰਾਂਗਾ ਕਿਉਂਕਿ ਆਪਣਾ ਜਿਹੜਾ ਪ੍ਰਾਇਮਰੀ ਫੋਕਸ ਇਹੀ ਹੈ ਕਿ ਆਪਾਂ ਸਟੂਡੈਂਟ ਦੀ ਵੱਧ ਤੋਂ ਵੱਧ ਹੈਲਪ ਕਰ ਸਕੀਏ ਬਾਕੀ ਇੰਗਲਿਸ਼ ਵੀ ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਲਿਖੀ ਹੋਈ ਆ ਕਿਉਂਕਿ ਉਹਨੂੰ ਸਮਝਣ ਦੇ ਵਿੱਚ ਕੋਈ ਇਹ ਨਹੀਂ ਕਿ ਤੁਹਾਨੂੰ ਸਮਝ ਨਹੀਂ ਲੱਗੂਗੀ ਕਿਉਂਕਿ 10ਵੀਂ ਤੱਕ ਤਾਂ ਆਪਾਂ ਸਾਰਿਆਂ ਨੇ ਇੰਗਲਿਸ਼ ਪੜ੍ਹੀ ਹੋਊਗੀ ਤਾਂ ਹੁਣ ਵੀ ਪੜ੍ਹ ਰਹੇ ਆ ਆਪਾਂ ਤਾਂ ਇਜ਼ੀਲੀ ਸਮਝ ਸਕਦੇ ਆ ਲੇਕਿਨ ਫਿਰ ਵੀ ਜੇ ਕਿਸੇ ਨੂੰ ਰਿਕੁਆਇਰਡ ਆ ਕਿ ਉਹਨੇ ਪੰਜਾਬੀ ਦੇ ਵਿੱਚ ਹੀ ਪੜ੍ਹਨਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੇਪਰ ਤੋਂ ਪਹਿਲਾਂ ਉਹਨੂੰ ਕਨਵਰਟ ਕਰਕੇ ਦੇ ਦਈਏ ਹੁਣ ਜਲਦੀ ਹੀ ਤੁਹਾਡੇ ਵਾਸਤੇ ਫਿਰ ਗੁੱਡ ਨਿਊਜ਼ ਲੈ ਕੇ ਆਵਾਂਗੇ ਆਪਾਂ ਐਗਰੀਕਲਚਰ ਦੇ ਉੱਪਰ ਵਰਕ ਕਰ ਰਹੇ ਆ ਐਗਰੀਕਲਚਰ ਵਾਸਤੇ ਵੀ ਤੁਹਾਡੇ ਸਾਹਮਣੇ ਲੈ ਕੇ ਚਲੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚੋਂ ਘੱਟੋ-ਘੱਟ ਇੱਕ ਜਾਂ ਦੋ ਕੁਐਸਚਨ ਪੁੱਛੇ ਜਾਂਦੇ ਆ ਰਾਜੇ ਕਲਾਸੀਫਿਕੇਸ਼ਨ ਆਫ ਕੰਪਿਊਟਰ ਦੇ ਵਿੱਚੋਂ ਤੇ ਨਾਲ ਹੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ ਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਤੇ ਜਿਹੜੇ ਬੱਚੇ ਨਵੇਂ ਆ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚਲੋ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਬਿਨਾਂ ਟਾਈਮ ਵੇਸਟ ਕੀਤੇ ਅੱਪਾ ਅੱਜ ਦੇ ਵੀਡੀਓ ਦੇ ਵਿੱਚ ਪੜਾਂਗੇ ਰਾਜੇ ਕੰਪਿਊਟਰ ਦੇ ਕਿਹੜੇ ਕਿਹੜੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਕਿਹੜੇ ਕਿਹੜੇ ਟਾਈਪ ਦੇ ਕੰਪਿਊਟਰ ਆਉਂਦੇ ਆ ਬੇਸਡ ਆਨ ਟਾਈਪ ਹੋ ਗਿਆ ਸਾਈਜ਼ ਹੋ ਗਿਆ ਕਪੈਸਿਟੀ ਹੋ ਗਈ ਅਲੱਗ-ਅਲੱਗ ਮਤਲਬ ਕੀ ਕੰਪਿਊਟਰ ਦੇ ਨਾਮ ਆਪਾਂ ਪੜਾਂਗੇ ਤੇ ਐਗਜ਼ਾਮ ਦੇ ਵਿੱਚ ਕਿਵੇਂ ਇਹਨਾਂ ਤੋਂ ਐਮਸੀਕਿਊ ਪੁੱਛੇ ਜਾਂਦੇ ਆ ਉਹ ਵੀ ਆਪਾਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਚਲੋ ਸਟਾਰਟ ਕਰਦੇ ਆ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਸਟੂਡੈਂਟ ਤੋਂ ਆ ਆਪਾਂ ਮਾਫੀ ਚਾਹੁੰਦੇ ਆ ਕਿ ਅੱਜ ਦੀ ਵੀਡੀਓ ਸ਼ਾਇਦ ਤੁਹਾਨੂੰ ਲੇਟਰ ਮਿਲ ਰਹੀ ਹੋਊਗੀ ਬਸ ਥੋੜਾ ਜਿਹਾ ਅਮਰਜੈਂਸੀ ਕੋਈ ਕੰਮ ਆ ਗਿਆ ਸੀਗਾ ਇਸ ਕਰਕੇ ਧੰਨਵਾਦ ਸਭ ਦਾ ਅਡਜਸਟ ਕਰਨ ਲਈ ਚਲੋ ਸਟਾਰਟ ਕਰਦੇ ਆਪਾਂ ਇਸ ਦੀ ਵੀਡੀਓ ਕੀ ਕਹਿੰਦੇ ਆ ਰਾਜੇ ਕਲਾਸੀਫਿਕੇਸ਼ਨ ਆਫ ਕੰਪਿਊਟਰ ਬਾਰੇ ਪੜਨਾ ਆਪਾਂ ਕੰਪਿਊਟਰ ਨੂੰ ਅਗਰ ਆਪਾਂ ਦੇਖਿਆ ਜਾਵੇ ਤਾਂ ਟੂ ਮੇਨ ਵੇਸ ਦੇ ਨਾਲ ਆਪਾਂ ਡਿਵਾਈਡ ਕਰਦੇ ਆਂ ਕਲਾਸੀਫਾਈ ਕਰਦੇ ਆਂ ਕਿਹੜੇ-ਕਿਹੜੇ ਇੱਕ ਤਾਂ ਉਹਨਾਂ ਦੀ ਟਾਈਪ ਤੋਂ ਇੱਕ ਉਹਨਾਂ ਦੇ ਸਾਈਜ਼ ਜਾਂ ਕਪੈਸਿਟੀ ਤੋਂ ਠੀਕ ਹੈ ਆਪਾਂ ਦੋਨੇ ਤਰੀਕੇ ਨਾਲ ਪੜਨੇ ਆ ਠੀਕ ਹੈ ਹੁਣ ਤੱਕ ਤੁਸੀਂ ਜ਼ਿਆਦਾਤਰ ਪੜੇ ਹੋਣਗੇ ਸਾਈਜ਼ ਦੇ ਬੇਸ ਦੇ ਉੱਪਰ ਕਪੈਸਿਟੀ ਦੇ ਬੇਸ ਦੇ ਉੱਪਰ ਸਪੀਡ ਦੇ ਬੇਸ ਦੇ ਉੱਪਰ ਤਾਂ ਟਾਈਪ ਵਾਲੇ ਵੀ ਬਹੁਤ ਇੰਪੋਰਟੈਂਟ ਹੈ ਆਪਾਂ ਦੋਨੇ ਕਵਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਐਮਸੀਕਿਊ ਕਿਵੇਂ ਪੁੱਛੇ ਜਾਂਦੇ ਆ ਤਾਂ ਇਦਾਂ ਐਮਸੀਕਿਊ ਪੁੱਛ ਲਿਆ ਜਾਂਦਾ ਬਿਲਕੁਲ ਬੇਸਿਕ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਟਾਈਪ ਆਫ ਦਾ ਕੰਪਿਊਟਰ ਔਨ ਦਾ ਬੇਸਿਸ ਆਫ ਆਪਰੇਸ਼ਨ ਤਾਂ ਇਹਨਾਂ ਵਿੱਚੋਂ ਕਹਿੰਦਾ ਕਿਹੜਾ ਨਹੀਂ ਹੈਗਾ ਤਾਂ ਹਾਈਬ੍ਰਿਡ ਵੀ ਹੁੰਦਾ ਰਾਜੇ ਐਨਾਲੌਗ ਵੀ ਹੁੰਦਾ ਕੰਪਿਊਟਰ ਡਿਜੀਟਲ ਵੀ ਹੁੰਦਾ ਤਾਂ ਰਿਮੋਟ ਨਹੀਂ ਹੁੰਦਾਗਾ ਠੀਕ ਹੈ ਤਾਂ ਇਹਦੇ ਵਿੱਚੋਂ ਕੀ ਹੋ ਜੂਗਾ ਰੋਂਗ ਉਹ ਕਿਹੜਾ ਪੁੱਛਿਆ ਉਹਨਾਂ ਨੇ ਬੇਸਿਸ ਆਫ ਆਪਰੇਸ਼ਨ ਪੁੱਛਿਆ ਰਿਮੋਟ ਕੰਪਿਊਟਰ ਹੁੰਦੇ ਜ਼ਰੂਰ ਹੈ ਪਰ ਬੇਸਿਸ ਆਫ ਆਪਰੇਸ਼ਨ ਦੇ ਵਿੱਚ ਰਿਮੋਟ ਨਹੀਂ ਆਉਂਦਾਗਾ ਠੀਕ ਹੈ ਇਹ ਨੈਟਵਰਕ ਦੇ ਵਿੱਚ ਆਉਂਦਾ ਹੈ ਤਾਂ ਇੱਥੇ ਧਿਆਨ ਰੱਖਣਾ ਬਸ ਪੂਰਾ ਪੜਨ ਦੀ ਕੋਸ਼ਿਸ਼ ਕਰਨੀ ਹੈ ਇਹ ਨਹੀਂ ਕਿ ਰਿਮੋਟ ਤੁਹਾਨੂੰ ਪਤਾ ਕਿ ਰਿਮੋਟ ਕੰਪਿਊਟਰ ਵੀ ਹੁੰਦੇ ਆ ਠੀਕ ਹੈ ਪਰ ਇਹ ਪੜਨਾ ਵੀ ਪੁੱਛ ਕਿਹੜੇ ਬੇਸ ਤੇ ਰਿਹਾ ਠੀਕ ਹੈ ਤਾਂ ਉਹਦੇ ਬੇਸ ਦੇ ਉੱਪਰ ਕੁਐਸਚਨ ਦੇ ਆਨਸਰ ਕਰਨਾ ਆਪਾਂ ਤਾਂ ਰਾਈਟ ਆਨਸਰ ਕੀ ਹੋ ਜੂਗਾ ਏ ਕਿਉਂਕਿ ਨੋਟ ਵਾਲਾ ਪੁੱਛਿਆ ਤਾਂ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਚੱਲ ਜੂਗਾ ਕਿ ਕਿਹੜੇ ਕਿਹੜੇ ਟਾਈਪ ਦੇ ਕਿਹੜੇ ਕਿਹੜੇ ਆਪਰੇਸ਼ਨ ਦੇ ਬੇਸ ਤੇ ਕਿਹੜੇ ਕਿਹੜੇ ਕੈਪੈਸਿਟੀ ਦੇ ਬੇਸ ਤੇ ਕੰਪਿਊਟਰ ਦੇ ਨਾਮ ਨੇ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਤੇ ਕਿਵੇਂ ਉਹਨਾਂ ਦੀ ਸਪੀਡ ਮੈਜ਼ਰ ਕੀਤੀ ਜਾਂਦੀ ਹੈ ਚਲੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਟਾਈਪ ਦੇ ਬੇਸ ਤੇ ਪੜਦੇ ਆ ਵੀ ਟਾਈਪ ਦੇ ਬੇਸ ਤੇ ਕੰਪਿਊਟਰ ਨੂੰ ਕਿੰਨੇ ਭਾਗਾਂ ਚ ਵੰਡਿਆ ਗਿਆ ਤਾਂ ਟਾਈਪ ਦੇ ਬੇਸ ਤੇ ਰਾਜੇ ਕੰਪਿਊਟਰ ਨੂੰ ਤਿੰਨ ਮੇਨ ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਸਭ ਤੋਂ ਪਹਿਲਾਂ ਆਉਂਦੇ ਆ ਐਨਲੌਗ ਕੰਪਿਊਟਰ ਜਿਹੜੇ ਕਿ ਪਹਿਲਾਂ ਚੱਲਦੇ ਸੀਗੇ ਤੁਹਾਡੇ ਫਸਟ ਜਨਰੇਸ਼ਨ ਦੇ ਵਿੱਚ ਉਸ ਤੋਂ ਬਾਅਦ ਆਗੇ ਤੁਹਾਡੇ ਭਾਈ ਡਿਜੀਟਲ ਕੰਪਿਊਟਰ ਉਸ ਤੋਂ ਬਾਅਦ ਆਗੇ ਹਾਈਬ੍ਰਿਡ ਕੰਪਿਊਟਰ ਇਹ ਤਿੰਨੇ ਟਾਈਪ ਦੇ ਕੰਪਿਊਟਰ ਆਪਾਂ ਪੜਾਂਗੇ ਅੱਜ ਦੀ ਵੀਡੀਓ ਚ ਜਿਹੜੇ ਕਿ ਬੇਸਡ ਆਨ ਕਿਹਦੇ ਆ ਟਾਈਪ ਦੇ ਟਾਈਪ ਦੇ ਬੇਸ ਤੇ ਇਹਨਾਂ ਨੂੰ ਵੰਡਿਆ ਗਿਆ ਅਲੱਗ-ਅਲੱਗ ਕਲਾਸੀਫਾਈ ਕੀਤਾ ਗਿਆ ਹੈ ਪਹਿਲਾਂ ਗੱਲ ਕਰਦੇ ਆ ਆਪਾਂ ਐਨਲੋਗ ਡਿਜੀਟਲ ਕੰਪਿਊਟਰ ਦੀ ਚਲੋ ਗੱਲ ਕਰ ਲੈਨੇ ਆ ਡਿਜੀਟਲ ਕੰਪਿਊਟਰ ਕਿਹੜੇ ਨੇ ਰਾਜੇ ਜਿਹੜੇ ਅੱਜ ਕੱਲ ਆਪਾਂ ਯੂਜ਼ ਕਰ ਰਹੇ ਆ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਮਾਡਰਨ ਕੰਪਿਊਟਰਸ ਠੀਕ ਹੈ ਇਹ ਸਾਰੇ ਕਿਹੜੇ ਨੇ ਡਿਜੀਟਲ ਬੇਸ ਕੰਪਿਊਟਰ ਨੇ ਬਾਕੀ ਜਿਵੇਂ ਤੁਸੀਂ ਹੋਰ ਵੀ ਕੋਈ ਡਿਵਾਈਸਿਸ ਯੂਜ਼ ਕਰਦੇ ਹੋਵੋਗੇ ਕੋਈ ਵਾਚ ਯੂਜ਼ ਕਰਦੇ ਹੋਵੋਗੇ ਜਾਂ ਗੱਡੀ ਦੇ ਵਿੱਚ ਜਿਹੜਾ ਸਪੀਡੋਮੀਟਰ ਹੁੰਦਾ ਜਾਂ ਫਿਰ ਕੋਈ ਤੁਸੀਂ ਜਿਵੇਂ ਥਰਮੋਮੀਟਰ ਹੋ ਗਿਆ ਜਾਂ ਕੁਝ ਹੋਰ ਡਿਵਾਈਸ ਇਸ ਸਾਰੀਆਂ ਅੱਜਕੱਲ੍ਹ ਕੀਤੇ ਤੇ ਬੇਸ ਆ ਰੀਆਂ ਨੇ ਡਿਜੀਟਲ ਫਾਰਮ ਦੇ ਵਿੱਚ ਆ ਰੀਆਂ ਨੇ ਠੀਕ ਹੈ ਮੈਂ ਤੁਹਾਨੂੰ ਪਿਕਚਰ ਦਿਖਾਉਂਗਾ ਕਿ ਡਿਜੀਟਲ ਕੀ ਹੁੰਦਾ ਐਨਲੌਗ ਕੀ ਹੁੰਦਾ ਸ਼ਾਇਦ ਤੁਹਾਨੂੰ ਪਤਾ ਵੀ ਹੋਊਗਾ ਚੀਜ਼ਾਂ ਬਾਰੇ ਜੇ ਤੁਸੀਂ ਇਲੈਕਟ੍ਰੋਨਿਕ ਦੀ ਥੋੜੀ ਬੋਟੀ ਜਾਣਕਾਰੀ ਰੱਖਦੇ ਹੋ ਤਾਂ ਕੰਪਿਊਟਰ ਦੀ ਗੱਲ ਕਰਦੇ ਆ ਕਹਿੰਦਾ ðiiz are the computers that represent data ya information in the in the binary form ਤਾਂ ਤੁਹਾਨੂੰ ਮੈਂ ਦੱਸਿਆ ਰਾਜੇ ਜਿਹੜੀ ਬਾਈਨਰੀ ਹੁੰਦੀ ਐ ਵਰਕ ਕਰਦੀ ਐ ਦੋ ਫਾਰਮ ਦੇ ਉੱਪਰ ਜ਼ੀਰੋ ਤੇ ਵਨ ਦੇ ਉੱਪਰ ਠੀਕ ਹੈ ਤੇ ਇਹੀ ਕਹਿ ਰਿਹਾ ਕਹਿੰਦਾ ਦੈਟ ਇਜ਼ ਦਾ ਰਿਪਰੈਜ਼ੈਂਟ ਸਿਗਨਲ ਇਨ ਜਸਟ ਟੂ ਸਟੇਟਸ ਜ਼ੀਰੋ ਐਂਡ ਵਨਸ ਤਾਂ ਜ਼ੀਰੋ ਦੇ ਵਨ ਦੀ ਫਾਰਮ ਦੇ ਵਿੱਚ ਡਾਟਾ ਨੂੰ ਕੀ ਕਰੂਗੀ ਕਮਿਊਨੀਕੇਟ ਕਰੂਗੀ ਡਾਟਾ ਨੂੰ ਯੂਜ਼ ਕਰੂਗੀ ਤਾਂ ਜਿਹਦੇ ਵਿੱਚ ਬਾਈਨਰੀ ਲੈਂਗੁਏਜ ਯੂਜ਼ ਹੋਗੀ ਤਾਂ ਸਮਝ ਲਓ ਉਹ ਕਿਹੜੇ ਕੰਪਿਊਟਰ ਹੋਗੇ ਡਿਜੀਟਲ ਕੰਪਿਊਟਰ ਹੋਗੇ ਇਹ ਪੁੱਛ ਲਿਆ ਜਾਂਦਾ ਕਿ ਡਿਜੀਟਲ ਕੰਪਿਊਟਰ ਕਿਸ ਟਾਈਪ ਦਾ ਡਾਟਾ ਯੂਜ਼ ਕਰਦੇ ਆ ਤਾਂ ਬਾਈਨਰੀ ਡਾਟਾ ਯੂਜ਼ ਕਰਦੇ ਆ ਠੀਕ ਹੈ ਨੈਕਸਟ ਦੇਖਦੇ ਹੁਣ ਆਪਾਂ ਇਹਦੇ ਵਿੱਚ ਇਹਦੀ ਰਿਪਰੈਜ਼ੈਂਟੇਸ਼ਨ ਕਿਵੇਂ ਹੁੰਦੀ ਹੈ ਬਾਈਨਰੀ ਦੀ ਤਾਂ ਤੁਸੀਂ ਇੱਥੇ ਚਾਹੇ ਤੁਸੀਂ ਇਦਾਂ ਗ੍ਰਾਫ ਬਣਾ ਸਕਦੇ ਹੋ ਠੀਕ ਹੈ ਤਾਂ ਇਹ 0 ਤੇ 1 ਦੇ ਵਿਕੋ ਇੱਥੇ 0 ਹੋਊਗਾ ਇੱਥੇ 1 ਵੈਲਿਊ 0 1 0 1 0 1 ਇਦਾਂ ਕੰਮ ਕਰਦਾ ਹੈ ਠੀਕ ਹੈ ਤਾਂ ਇਹ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਸਿਗਨਲ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਵੇਵ ਹੁੰਦੀ ਹੈ 0 ਤੇ 1 ਦੀ ਫਾਰਮ ਦੇ ਵਿੱਚ ਤੇ ਤੁਹਾਨੂੰ ਮੈਂ ਦੱਸਿਆ ਹੋਇਆ 0 ਸਟੇਟ ਕੀ ਰਿਪਰੈਜ਼ੈਂਟ ਕਰਦੀ ਹੈ ਆਫ ਸਟੇਟ ਤੇ 1 ਕੀ ਕਰਦਾ ਰਾਜੇ ਔਨ ਸਟੇਟ ਮਤਲਬ ਕੋਈ ਕੰਮ ਕਰ ਰਹੀ ਹੈ ਚੀਜ਼ ਤਾਂ 1 ਸਟੇਟ ਚ ਹੋਊਗੀ ਜਦੋਂ ਕੋਈ ਬੰਦ ਹੋਊਗੀ ਤਾਂ ਕਿਤੇ ਚ ਹੋਊਗੀ 0 ਸਟੇਟ ਦੇ ਵਿੱਚ ਹੋਊਗੀ ਠੀਕ ਹੈ ਜੀ ਨੈਕਸਟ ਗੱਲ ਕਰਦੇ ਆਂ ਆਪਾਂ ਇਹਦੀ ਐਗਜ਼ਾਮਪਲ ਦੀ ਐਗਜ਼ਾਮਪਲ ਤੁਹਾਨੂੰ ਮੈਂ ਦੱਸਦਾ ਜਿਹੜੇ ਅੱਜ ਕੱਲ ਗੱਡੀਆਂ ਆ ਰਹੀਆਂ ਆਟੋਮੋਬਾਈਲ ਆ ਰਹੇ ਜਾਂ ਕੋਈ ਹੋਰ ਡਿਵਾਈਸਿਜ਼ ਆ ਰਹੀਆਂ ਉਹਨਾਂ ਦੇ ਵਿੱਚ ਕੀ ਹੈ ਡਿਜੀਟਲ ਫਾਰਮ ਦੇ ਵਿੱਚ ਆ ਰਿਹਾ ਤਾਂ ਪਹਿਲਾਂ ਕੀ ਹੁੰਦੇ ਸੀ ਕਿ ਜਿਵੇਂ ਤੁਸੀਂ ਆਮ ਦੇਖੇ ਹੋਣਗੇ ਉਹ ਸੂਈਆਂ ਵਾਂਗੂ ਆਉਂਦੇ ਸੀ ਸਪੀਡੋਮੀਟਰ ਵਗੈਰਾ ਤਾਂ ਉਹ ਸਾਰੇ ਕੀ ਹੁੰਦੇ ਨੇ ਐਨਲੌਗ ਠੀਕ ਹੈ ਤਾਂ ਆ ਦੇਖੋ ਜਿਹੜੇ ਇਹ ਸਾਰੇ ਕੀ ਨੇ ਡਿਜੀਟਲ ਫਾਰਮ ਦੇ ਵਿੱਚ ਨੇ ਇਹ ਸਾਰੇ ਡਿਜੀਟਲ ਕੰਪਿਊਟਰ ਦੀ ਕੀ ਹੋ ਗਈਆਂ ਐਗਜ਼ਾਮਪਲਸ ਹੋ ਗਈਆਂ ਨੈਕਸਟ ਆਪਾਂ ਹੋਰ ਦੇਖਦੇ ਹਾਂ ਅਗਰ ਆਪਾਂ ਕੰਪਿਊਟਰ ਦੇ ਵਿੱਚ ਗੱਲ ਕਰੀਏ ਤਾਂ ਰਾਜੇ ਡਿਜੀਟਲ ਕੰਪਿਊਟਰ ਕਿਹੜੇ-ਕਿਹੜੇ ਹੁੰਦੇ ਆ ਜਿਵੇਂ ਡੈਸਕਟਾਪ ਕੰਪਿਊਟਰ ਹੋ ਗਿਆ ਤੁਹਾਡਾ ਲੈਪਟਾਪ ਕੰਪਿਊਟਰਸ ਹੋ ਗਏ ਮੋਬਾਈਲ ਫੋਨ ਹੋ ਗਏ ਤੁਹਾਡੇ ਆਈਪੈਡਸ ਹੋ ਗਏ ਆਈਫੋਨਸ ਹੋ ਗਏ ਸੈਂਟੀਫਿਕ ਕੈਲਕੂਲੇਟਰ ਹੋ ਗਏ ਇਹ ਸਾਰੇ ਕਿਹੜੀ ਕੈਟਾਗਰੀ ਚ ਆਉਂਦੇ ਨੇ ਡਿਜੀਟਲ ਕੰਪਿਊਟਰ ਦੀ ਕੈਟਾਗਰੀ ਰਾਈਟ ਹੈ ਜੀ ਇਹ ਮੈਨੂੰ ਲੱਗਦਾ ਤੁਹਾਨੂੰ ਬਿਲਕੁਲ ਸਮਝ ਆ ਗਿਆ ਹੋਊਗਾ ਡਿਜੀਟਲ ਕੰਪਿਊਟਰ ਹੁੰਦਾ ਕੀ ਹੈ ਕਿਹੜੀ ਵੇਵ ਯੂਜ਼ ਕਰਦਾ ਕਿਹੜਸ ਟਾਈਪ ਦਾ ਡਾਟਾ ਯੂਜ਼ ਕਰਦਾ ਤੇ ਕਿਹੜੇ-ਕਿਹੜੇ ਉਸ ਕੈਟਾਗਰੀ ਚ ਆਉਂਦੇ ਨੇ ਬਾਕੀ ਤੁਹਾਨੂੰ ਮੈਂ ਡੇਲੀ ਲਾਈਫ ਐਗਜ਼ਾਮਪਲ ਵੀ ਦਿਖਾ ਦਿੱਤੀ ਗੱਡੀ ਦੇ ਸਪੀਡੋਮੀਟਰ ਵਗੈਰਾ ਠੀਕ ਹੈ ਨੈਕਸਟ ਪੜਦੇ ਆਪਾਂ ਐਨਲੌਗ ਕੰਪਿਊਟਰ ਜਿਹੜੇ ਕਿ ਪਹਿਲਾਂ ਚੱਲਦੇ ਸੀ ਰਾਜੇ ਤਾਂ ਪਹਿਲਾਂ ਹਰ ਇੱਕ ਚੀਜ਼ ਜਿਵੇਂ ਤੁਹਾਡੀ ਕੋਈ ਵਾਚ ਹੋਗੀ ਤੁਹਾਡਾ ਕੋਈ ਸਪੀਡੋਮੀਟਰ ਹੋ ਗਿਆ ਗੱਡੀ ਦਾ ਜਾਂ ਕੋਈ ਕੰਪਿਊਟਰ ਹੋ ਗਿਆ ਸਾਰੇ ਕਿਹਦੇ ਫਾਰਮ ਚ ਆਉਂਦੇ ਸੀਗੇ ਐਨਲੌਗ ਐਨਾਲੌਗ ਸਿਗਨਲ ਦੀ ਫਾਰਮ ਚ ਆਉਂਦੇ ਸੀਗੇ ਤਾਂ ਪੜ੍ਹਦੇ ਆ ਆਪਾਂ ਕਹਿੰਦਾ ਦਾ ਥੀਸ ਕੰਪਿਊਟਰ ਰਿਪਰੈਜ਼ੈਂਟ ਡਾਟਾ ਐਂਡ ਇਨਫੋਰਮੇਸ਼ਨ ਇਨ ਕੰਟੀਨਿਊਸ ਫਾਰਮ ਤਾਂ ਕੰਟੀਨਿਊਸ ਫਾਰਮ ਦੇ ਵਿੱਚ ਕਰਦੇ ਤੁਹਾਨੂੰ ਮੈਂ ਦਿਖਾਉਂਗਾ ਅੱਗੇ ਜਾ ਕੇ ਜਿਵੇਂ ਮੰਨ ਲਓ ਆ ਹੈ ਇਦਾਂ ਇਹਦੀ ਵੇਵ ਕੀ ਕਰਦੀ ਆ ਵਰਕ ਕਰਦੀ ਜਿਹਨੂੰ ਕਹਿੰਦੇ ਹੁੰਦੇ ਆ ਸਾਈਨ ਵੇਵ ਠੀਕ ਹੈ ਇਹ ਕੰਟੀਨਿਊਸ ਫਾਰਮ ਦੇ ਵਿੱਚ ਹੁੰਦੀ ਹੈ ਡਿਜੀਟਲ ਦੇ ਵਿੱਚ ਕੀ ਹੁੰਦੀ ਹੈ ਬੰਦ ਹੋ ਜਾਂਦੀ ਹੈ ਆਨ ਹੋ ਜਾਂਦੀ ਹੈ ਫਿਰ ਬੰਦ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਸਵਿਚ ਆਨ ਸਵਿਚ ਆਫ ਨਹੀਂ ਹੁੰਦੀਗੀ ਕੰਟੀਨਿਊਸ ਰਹਿੰਦੀ ਹੈ ਠੀਕ ਹੈ ਇਸ ਤੋਂ ਬਾਅਦ ਕਹਿੰਦਾ that is there are no breaks during the signal transmission ta thanu dassya hi hai ki sign wave de vich hai ta ede vich koi bhi break nahi hougi is to baad kenda main cheez ki hai kenda data accept kedi form ch karda ja ta voltage di form ch karuga jinu aapa v de naal represent karde ha ja fir kede naal current di current di form ch karuga jinu aapa kede naal matlab denote karde ha i de naal ਤੇ ਇਸ ਜਿਹੜਾ ਡਾਟਾ ਅਸੈਪਟ ਕਰਦਾ ਚਾਹੇ ਵੋਲਟੇਜ ਦੀ ਫਾਰਮ ਚ ਕਰੇ ਚਾਹੇ ਕਰੰਟ ਦੀ ਫਾਰਮ ਚ ਕਰੇ ਉਹਨੂੰ ਬਾਅਦ ਚ ਕਿਤੇ ਚ ਕਨਵਰਟ ਕਰ ਦੂਗਾ ਨਮੈਰਿਕ ਵੈਲਿਊ ਦੇ ਵਿੱਚ ਕਨਵਰਟ ਕਰਕੇ ਯੂਜ਼ ਕਰ ਲੂਗਾ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਊਗਾ ਐਨਲੌਗ ਕੰਪਿਊਟਰ ਹੁੰਦਾ ਕੀ ਹੈ ਹੁਣ ਆਪਾਂ ਦੇਖਦੇ ਹਾਂ ਇਹਦੀ ਵੇਵ ਕਿਵੇਂ ਦੀ ਹੁੰਦੀ ਹੈ ਤਾਂ ਤੁਸੀਂ ਸਾਰਿਆਂ ਨੇ ਛੋਟੇ ਹੁੰਦੇ ਪੜਿਆ ਹੋਊਗਾ ਫਿਜ਼ਿਕਸ ਦੇ ਵਿੱਚ ਤਾਂ ਇਹਨੂੰ ਕਹਿ ਦਿੰਦੇ ਰਾਜੇ ਸਾਈਨ ਵੇਵ ਇੱਥੇ ਇਹਦੀ ਵੈਲਿਊ ਕਿੰਨੀ ਹੁੰਦੀ ਹੈ ਪੂਰੀ ਪੀਕ ਤੇ ਹੁੰਦੀ ਹੈ ਠੀਕ ਹੈ ਮੈਕਸਿਮਮ ਵੈਲਿਊ ਤੇ ਇਦਾਂ ਹੀ ਜੀ ਕਾ ਇਹ ਇਹਦੇ ਡਾਊਨ ਟਾਈਮ ਤੇ ਮੈਕਸਿਮਮ ਡਾਊਨ ਕਿੰਨਾ ਤਾਂ ਹੁੰਦਾ ਇੱਥੇ ਹੁੰਦਾ ਠੀਕ ਆ ਇਹ ਹੈਗੀ ਆ ਤੁਹਾਡੀ ਭਾਈ ਐਨਲੌਗ ਸਿਗਨਲ ਰਿਪਰੈਜੈਂਟੇਸ਼ਨ ਹੋ ਗਈ ਠੀਕ ਹੈ ਤਾਂ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਐਗਜ਼ਾਮਪਲ ਇਹਦੀਆਂ ਐਗਜ਼ਾਮਪਲ ਕੀ ਹੋ ਗਿਆ ਇਹਦੀਆਂ ਜਿਵੇਂ ਸਪੀਡੋਮੀਟਰ ਹੋ ਗਏ ਤੁਹਾਡੇ ਥਰਮੋਮੀਟਰ ਹੋ ਗਏ ਕਨਵੈਂਸ਼ਨਲ ਵਾਚ ਹੋ ਗਈਆਂ ਤੁਹਾਡੀਆਂ ਘੜੀਆਂ ਵਗੈਰੀਆਂ ਘੜੀਆਂ ਵਗੈਰਾ ਇਹ ਸਾਰੀਆਂ ਕਿਸ ਦੇ ਅੰਡਰ ਆਉਂਦੀਆਂ ਨੇ ਐਨਲੌਗ ਕੰਪਿਊਟਰ ਦੇ ਅੰਡਰ ਆਉਂਦੀਆਂ ਨੇ ਪਿਕਚਰ ਦੇਖ ਲਓ ਇੱਕ ਵਾਰੀ ਤੁਸੀਂ ਆ ਦੇਖਿਆ ਹੋਊਗਾ ਗੱਡੀ ਦਾ ਜਿਹੜਾ ਫਿਊਲ ਮੀਟਰ ਹੋ ਗਿਆ ਜਾਂ ਕੋਈ ਵੋਲਟੇਜ ਮੀਟਰ ਹੋ ਗਿਆ ਠੀਕ ਹੈ ਜਾਂ ਕੋਈ ਸਿੰਪਲ ਸਪੀਡੋਮੀਟਰ ਹੋ ਗਏ ਇਹ ਸਾਰੇ ਕਿਹੜੀ ਫਾਰਮ ਚ ਆਉਂਦੇ ਸੀਗੇ ਪਹਿਲਾਂ ਐਨਲੌਗ ਫਾਰਮ ਚ ਆਉਂਦੇ ਸੀਗੇ ਅੱਜ ਕੱਲ ਵੀ ਆਉਂਦੇ ਆ ਲੇਕਿਨ ਜੇ ਕੋਈ ਵਧੀਆ ਗੱਡੀ ਲੈ ਰਹੇ ਹੋ ਤੁਸੀਂ ਮੋਸਟਲੀ ਉਹਦੇ ਵਿੱਚ ਕੀ ਆਊਗਾ ਡਿਜੀਟਲ ਫਾਰਮ ਦੇ ਵਿੱਚ ਆਊਗਾ ਠੀਕ ਹੈ ਨੈਕਸਟ ਪੜਦੇ ਹੁਣ ਕੰਪਿਊਟਰ ਕਿਹੜੇ-ਕਿਹੜੇ ਆਉਂਦੇ ਨੇ ਇਸ ਤੋਂ ਬਾਅਦ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਹੈਗੀ ਆ ਹਾਈਬ੍ਰਿਡ ਕੰਪਿਊਟਰ ਜਦੋਂ ਵੀ ਰਾਜੇ ਕੋਈ ਚੀਜ਼ ਇੱਕ ਜਾਂ ਇੱਕ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ ਤੁਹਾਨੂੰ ਹਮੇਸ਼ਾ ਕੀ ਯੂਜ਼ ਕਰਦੇ ਨੇ ਵਰਡ ਹਾਈਬ੍ਰਿਡ ਯੂਜ਼ ਕਰਦੇ ਨੇ ਠੀਕ ਆ ਆਪਾਂ ਆਮ ਹੀ ਸੁਣਦੇ ਹੋਵਾਂਗੇ ਕਿ ਆ ਜਿਹੜਾ ਪੌਦਾ ਹੈਗਾ ਹਾਈਬ੍ਰਿਡ ਪੌਦਾ ਹੈ ਜਾਂ ਆ ਜਿਹੜੀ ਨਸਲ ਹੈਗੀ ਹੈ ਹਾਈਬ੍ਰਿਡ ਨਸਲ ਹੈਗੀ ਹੈ ਉਹਦਾ ਮਤਲਬ ਕੀ ਹੁੰਦਾ ਕਿ ਦੋ ਚੀਜ਼ਾਂ ਤੋਂ ਮਿਲ ਕੇ ਇੱਕ ਨਵੀਂ ਚੀਜ਼ ਤਿਆਰ ਕੀਤੀ ਜਾਂਦੀ ਉਹਨੂੰ ਕਹੇ ਜਾਂਦੇ ਆ ਹਾਈਬ੍ਰਿਡ ਤਾਂ ਇਦਾਂ ਹੀ ਰਾਜੇ ਡਿਜੀਟਲ ਤੇ ਐਨਲੌਗ ਦੋਨੇ ਕੰਪਿਊਟਰ ਤੋਂ ਮਿਲਾ ਕੇ ਇੱਕ ਨਵਾਂ ਕੰਪਿਊਟਰ ਦੀ ਟਾਈਪ ਤਿਆਰ ਕੀਤੀ ਗਈ ਸੀ ਜਿਹਨੂੰ ਕਿਹਾ ਜਾਂਦਾ ਹਾਈਬ੍ਰਿਡ ਕੰਪਿਊਟਰ ਤੇ ਸਭ ਤੋਂ ਵੱਧ ਇਹ ਚੱਲਦੇ ਆ ਜਿਵੇਂ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹੋਵਗੇ ਤੁਸੀਂ ਏਟੀਐਮ ਵਗੈਰਾ ਜਾਂ ਫਿਰ ਹਸਪੀਟਲ ਦੇ ਵਿੱਚ ਤੁਸੀਂ ਈਸੀਜੀ ਮਸ਼ੀਨ ਦੇਖੀ ਹੋਊਗੀ ਜਾਂ ਕੁਝ ਹੋਰ ਸਿਮੂਲੇਟਰ ਵਗੈਰਾ ਸਾਰੇ ਕੀ ਹੁੰਦੇ ਨੇ ਹਾਈਬ੍ਰਿਡ ਕੰਪਿਊਟਰ ਹੁੰਦੇ ਨੇ ਠੀਕ ਆ ਇਹ ਕਹਿੰਦਾ ਵੈਰੀ ਯੂਸਫੁਲ ਹੁੰਦੇ ਨੇ ਕਿਹਦੇ ਵਿੱਚ ਸੈਂਟੀਫਿਕ ਰਿਸਰਚ ਦੇ ਵਿੱਚ ਜਾਂ ਪਰਫਾਰਮ ਕਰਦੇ ਆ ਵੇਰੀਅਸ ਸਪੈਸੀਫਿਕ ਜੌਬਸ ਠੀਕ ਆ ਜਿਵੇਂ ਰੋਬੋਟ ਹੋਗੇ ਈਸੀਜੀ ਹੋਗੀ ਤੁਹਾਡੀ ਏਟੀਐਮ ਮਸ਼ੀਨਸ ਹੋਗੀ ਇਹ ਸਾਰੇ ਕੀ ਹੁੰਦੇ ਨੇ ਰਾਜੇ ਤੁਹਾਡੇ ਆਟੋਮੈਟਿਕ ਕੰਪਿਊਟਰਸ ਹੁੰਦੇ ਨੇ ਤੇ ਆਟੋਮੈਟਿਕਲੀ ਵਰਕ ਕਰਦੇ ਨੇ ਇਹਨਾਂ ਨੂੰ ਚਲਾਉਣ ਵਾਸਤੇ ਮਤਲਬ ਕਿ ਇਨਸਾਨ ਦੀ ਜ਼ਰੂਰਤ ਨਹੀਂ ਪੈਂਦੀਗੀ ਤੇ ਏਟੀਐਮ ਦੇ ਦੀ ਕੀ ਆ ਬੈਸਟ ਐਗਜ਼ਾਮਪਲ ਤੇ ਏਟੀਐਮ ਦੀ ਫੁੱਲ ਫਾਰਮ ਵੀ ਪੁੱਛ ਲਈ ਜਾਂਦੀ ਆ ਤਾਂ ਆਟੋਮੈਟਿਡ ਟੇਲਰ ਮਸ਼ੀਨ ਕਹਿੰਦੇ ਆ ਰਾਜੇ ਠੀਕ ਆ ਕਈ ਕਈ ਬੰਦੇ ਪਤਾ ਕੀ ਲਿਖ ਕੇ ਆ ਜਾਂਦੇ ਆ ਆਪਸ਼ਨ ਦੇ ਵਿੱਚ ਹੁੰਦਾ ਐਟ ਅ ਟਾਈਮ ਮਨੀ ਤਾਂ ਕਈ ਐਟ ਅ ਟਾਈਮ ਮਨੀ ਦੇ ਸਿਲੈਕਟ ਕਰ ਲੈਂਦੇ ਆ ਭਾਈ ਕਈ ਐਟ ਅ ਟਾਈਮ ਮਨੀ ਦੀ ਗੱਲ ਨਹੀਂ ਕਰ ਰਿਹਾ ਉਹ ਏਟੀਐਮ ਦੀ ਗੱਲ ਕਰ ਰਿਹਾ ਜਿਹੜੀ ਕਿ ਮਸ਼ੀਨ ਯੂਜ਼ ਹੁੰਦੀ ਆ ਤਾਂ ਉਹ ਹੈਗੀ ਆ ਭਾਈ ਆਟੋਮੇਟਿਡ ਟੇਲਰ ਮਸ਼ੀਨ ਤਾਂ ਇਹ ਦੀ ਬੈਸਟ ਐਗਜ਼ਾਮਪਲ ਹੈ ਵਾਰ-ਵਾਰ ਪੇਪਰਾਂ 'ਚ ਪੁੱਛੀ ਜਾਂਦੀ ਹੈ ਬਾਕੀ ECG ਵੀ ਯਾਦ ਰੱਖਣੀ ਹੈ ਤੇ ਆਪਣਾ ਰੌਬਰਟਸ ਵਗੈਰਾ ਵੀ ਯਾਦ ਰੱਖਣੇ ਆ ਹੁਣ ਨੈਕਸਟ ਦੇਖਦੇ ਆ ਕੁਐਸਚਨ ਕਿਵੇਂ ਪੁੱਛਦੇ ਆ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਪੁੱਛਿਆ ਜਾਂਦਾ ਹੈ ਕਹਿੰਦਾ this type of computer is mostly used for automatic operations ਤਾਂ ਤੁਹਾਨੂੰ ਮੈਂ ਦੱਸਿਆ ਜਦੋਂ ਆਟੋਮੈਟਿਕ ਆਪਰੇਸ਼ਨਸ ਕੌਣ ਕਰੂਗਾ ਹਾਈਬ੍ਰਿਡ ਕੰਪਿਊਟਰ ਕਰਨਗੇ ਠੀਕ ਹੈ ਹੁਣ ਜਿਵੇਂ ਏਟੀਐਮ ਦੇ ਵਿੱਚ ਆਪਾਂ ਜਾਣਦੇ ਆਂ ਆਪਾਂ ਬਸ ਆਪਣਾ ਕਾਰਡ ਸਵਾਈਪ ਕਰਦੇ ਹਾਂ ਉਸ ਤੋਂ ਬਾਅਦ ਸਾਰਾ ਕੁਝ ਆਟੋਮੈਟਿਕਲੀ ਚੱਲਦਾ ਹੈ ਆਪਾਂ ਕੋਈ ਵੀ ਆਪਸ਼ਨ ਸਿਲੈਕਟ ਕਰਦੇ ਮੰਨ ਲਓ ਮਿਨੀ ਸਟੇਟਮੈਂਟ ਸਿਲੈਕਟ ਕੀਤੀ ਤਾਂ ਮਿਨੀ ਸਟੇਟਮੈਂਟ ਬਾਹਰ ਆ ਜਾਂਦੀ ਹੈ ਆਪਾਂ ਕੈਸ਼ ਵਿਡਰੋਅਲ ਕਰਦੇ ਹਾਂ ਤਾਂ ਕੈਸ਼ ਬਾਹਰ ਆ ਜਾਂਦਾ ਮਤਲਬ ਕਿ ਬੈਕਐਂਡ ਤੇ ਕੰਮ ਕੀ ਹੋ ਰਿਹਾ ਆਟੋਮੈਟਿਕ ਹੋ ਰਿਹਾ ਕੋਈ ਬੰਦਾ ਉਹ ਨੂੰ ਨਹੀਂ ਵਰਕ ਕਰ ਰਿਹਾ ਕੋਈ ਬੰਦਾ ਉਹਦੇ ਉੱਪਰ ਆਪਸ਼ਨ ਨਹੀਂ ਸਿਲੈਕਟ ਕਰ ਰਿਹਾ ਠੀਕ ਹੈ ਤਾਂ ਇਹ ਹੋ ਗਈ ਹਾਈਬ੍ਰਿਡ ਟਾਈਪ ਆਫ ਕੰਪਿਊਟਰ ਜਿਹੜੇ ਕਿ ਵਰਕ ਕਰਦੇ ਆ ਆਟੋਮੈਟਿਕਲੀ ਨੈਕਸ ਆਪਰੇਸ਼ਨ ਦੇ ਬੇਸ ਤੇ ਆਪਾਂ ਕਰ ਲਏ ਤਿੰਨ ਤਰ੍ਹਾਂ ਦੇ ਹੁੰਦੇ ਨੇ ਐਨਲੌਗ ਡਿਜੀਟਲ ਤੇ ਤੁਹਾਡੇ ਹਾਈਬ੍ਰਿਡ ਕੰਪਿਊਟਰ ਹੁਣ ਜਿਆਦਾ ਜਿਹੜੇ ਪੇਪਰਾਂ 'ਚ ਪੁੱਛੇ ਜਾਂਦੇ ਆ ਉਹ ਪੁੱਛੇ ਜਾਂਦੇ ਆ ਭਾਈ ਕੈਪੈਸਿਟੀ ਦੇ ਬੇਸ ਤੇ ਸਾਈਜ਼ ਦੇ ਬੇਸ ਤੇ ਠੀਕ ਹੈ ਤਾਂ ਇਹਨਾਂ ਦੇ ਵਿੱਚ ਆਪਾਂ ਪੜ੍ਹਨੇ ਆ ਕਿਹੜੇ ਕਿਹੜੇ ਕੰਪਿਊਟਰ ਯੂਜ਼ ਹੁੰਦੇ ਨੇ ਤੇ ਉਹਨਾਂ ਦੇ ਨਾਮ ਵੀ ਪੜ੍ਹਨੇ ਆ ਤੇ ਸਪੀਡ ਵੀ ਪੜ੍ਹਨੀ ਆ ਗੱਲ ਕਰਦੇ ਆ ਕਹਿੰਦਾ ਕੈਪੈਸਿਟੀ ਆਫ ਦਾ ਕੰਪਿਊਟਰ ਰੈਫਰਸ ਟੂ ਦਾ ਵੋਲਿਊਮ ਆਫ ਡਾਟਾ অর ਇਨਫਰਮੇਸ਼ਨ ਇਟ ਕੈਨ ਪ੍ਰੋਸੈਸ ਸਟੋਰ ਐਂਡ ਦਾ ਸਪੀਡ ਐਟ ਵਿਚ ਇਟ ਵਰਕ ਤਾਂ ਕੈਪੈਸਿਟੀ ਤੇ ਸਾਈਜ਼ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਰਾਜੇ ਵੀ ਕਿੰਨਾ ਕੁ ਡਾਟਾ ਉਸ ਮਤਲਬ ਕਿ ਸਟੋਰ ਕਰ ਸਕਦਾ ਉਨ ਤੇ ਪ੍ਰੋਸੈਸ ਕਰ ਸਕਦਾ ਕਿੰਨੀ ਕੁ ਉਹਦੀ ਪ੍ਰੋਸੈਸਿੰਗ ਸਪੀਡ ਹੈ ਤੇ ਕਿੰਨਾ ਕੁ ਵੋਲੀਅਮ ਆਫ ਡਾਟਾ ਉਹ ਸਟੋਰ ਕਰਕੇ ਰੱਖ ਸਕਦਾ ਆਪਣੇ ਵਿੱਚ ਤਾਂ ਇਹਦੇ ਵਿੱਚ ਤਿੰਨ ਗਰੁੱਪ ਆਉਂਦੇ ਆ ਰਾਜੇ ਮੈਕਰੋ ਮਿਨੀ ਤੇ ਮਾਈਕਰੋ ਕਈ ਬੱਚੇ ਇਹਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਜਦੋਂ ਆਪਸ਼ਨ ਆਉਂਦੀ ਨਾ ਐਗਜ਼ਾਮ ਦੇ ਵਿੱਚ ਮਾਈਕਰੋ ਤੇ ਮੈਕਰੋ ਦੇ ਵਿੱਚ ਤਾਂ ਦੋਨਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਕਰਾ ਜੇ ਤਾਂ ਧਿਆਨ ਦੇ ਨਾਲ ਠੀਕ ਹੈ ਮੈਕਰੋ ਤੇ ਮਾਈਕਰੋ ਦੇ ਵਿੱਚ ਆਈ ਦਾ ਫਰਕ ਹੈ ਤੇ ਪਰ ਇਹਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਦੋਨੇ ਟਾਈਪ ਆਫ ਕੰਪਿਊਟਰ ਦੇ ਵਿੱਚ ਤੇ ਧਿਆਨ ਦੇ ਨਾਲ ਦਿਮਾਗ ਖੋਲ ਕੇ ਤੁਸੀਂ ਵੀਡੀਓ ਦੇਖਣੀ ਹੈ ਤੇ ਚੰਗੀ ਤਰ੍ਹਾਂ ਸਮਝਣਾ ਇਹ ਕਿਵੇਂ-ਕਿਵੇਂ ਯੂਜ਼ ਹੁੰਦੇ ਆ ਤੇ ਕਿਵੇਂ-ਕਿਵੇਂ ਵੰਡੇ ਗਏ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮੈਕਰੋ ਮੈਕਰੋ ਜਿਹੜਾ ਵਰਡ ਹੈਗਾ ਰਾਜੋ ਉਹਦਾ ਮਤਲਬ ਹੀ ਹੁੰਦਾ ਕਿ ਬਹੁਤ ਵੱਡੀ ਚੀਜ਼ ਕੋਈ ਲਾਰਜ ਚੀਜ਼ ਤਾਂ ਮੈਕਰੋ ਕੰਪਿਊਟਰ ਕੀ ਹੁੰਦੇ ਆ ਸਭ ਤੋਂ ਪਹਿਲੀ ਗੱਲ ਯਾਦ ਰੱਖਣ ਵਾਲੀ ਕਿ ਲਾਰਜੈਸਟ ਆਫ ਆਲ ਦਾ ਕੰਪਿਊਟਰਸ ਸਭ ਤੋਂ ਵੱਡੇ ਕੰਪਿਊਟਰ ਠੀਕ ਹੈ ਚਾਹੇ ਆਪਾਂ ਗੱਲ ਕਰ ਲਈਏ ਟਰਮ ਆਫ ਪ੍ਰਾਈਸ ਤਾਂ ਸਭ ਤੋਂ ਮਹਿੰਗੇ ਵਾਲੇ ਹੋਣਗੇ ਅਗਰ ਆਪਾਂ ਮੈਮਰੀ ਦੀ ਗੱਲ ਕਰੀਏ ਸਭ ਤੋਂ ਵੱਡੀ ਮੈਮਰੀ ਹੋਊਗੀ ਅਗਰ ਆਪਾਂ ਪਾਵਰ ਦੀ ਗੱਲ ਕਰੀਏ ਪ੍ਰੋਸੈਸਿੰਗ ਸਪੀਡ ਦੀ ਗੱਲ ਕਰੀਏ ਮਤਲਬ ਕਿ ਕਿਸੇ ਵੀ ਢੰਗ ਨਾਲ ਤੁਸੀਂ ਉਹਨੂੰ ਕੰਪੈਰੀਜ਼ਨ ਕਰ ਲੋ ਉਹ ਹਰ ਚੀਜ਼ ਦੇ ਵਿੱਚ ਕੀ ਹੋਣਗੇ ਲਾਰਜੀ ਹੋਣਗੇ ਤਾਂ ਹੀ ਉਹਨਾਂ ਨੂੰ ਕੀ ਕਿਹਾ ਜਾਂਦਾ ਮੈਕਰੋ ਕੰਪਿਊਟਰ ਕਿਹਾ ਜਾਂਦਾ ਕੈਰੈਕਟਰਿਸਟਿਕ ਕੀ ਹੋਗੇ ਉਹਨਾਂ ਦੇ ਕਹਿੰਦਾ ਵੈਰੀ ਐਕਸਪੈਂਸਿਵ ਕਹਿੰਦਾ ਜਨਰੇਟ ਅ ਲੋਟ ਆਫ ਹੀਟ ਤਾਂ ਉਹਦੀ ਸਪੀਡ ਵੱਧ ਹੋਊਗੀ ਉਹਦੇ ਵਿੱਚ ਵੱਧ ਪ੍ਰੋਸੈਸਰ ਯੂਜ਼ ਕੀਤੇ ਹੋਣਗੇ ਤੇ ਆਟੋਮੈਟਿਕਲੀ ਉਹਨੇ ਹੀਟ ਵੱਧ ਪ੍ਰੋਡਿਊਸ ਕਰਨੀ ਹੈ ਉਸ ਤੋਂ ਬਾਅਦ ਕਹਿੰਦਾ ਲਾਰਜ ਮੈਮਰੀ ਸਾਈਜ਼ ਠੀਕ ਹੈ ਵੈਰਾਈਟੀ ਆਫ ਦਾ ਪੈਰੀਫਰਲ سپورਟ ਮਤਲਬ ਕਿ ਵੱਡੀਆਂ-ਵੱਡੀਆਂ ਉਹਦੇ ਨਾਲ ਡਿਵਾਈਸਿਸ ਯੂਜ਼ ਕਰ ਸਕਦੇ ਆ ਤੇ ਮਲਟੀ ਯੂਜ਼ਰ ਉਹਨੂੰ ਯੂਜ਼ ਕਰ ਸਕਦੇ ਆ ਠੀਕ ਹੈ ਜਿਵੇਂ ਤੁਹਾਡੇ ਵੈਬ ਸਰਵਰ ਹੋਗੇ ਸੁਪਰ ਕੰਪਿਊਟਰ ਹੋਗੇ ਠੀਕ ਹੈ ਸਾਰੇ ਪੜਾਂਗੇ ਆਪਾਂ ਕਿਹੜੇ-ਕਿਹੜੇ ਕੈਟੇਗਰੀ ਦੇ ਅੰਦਰ ਆਉਂਦੇ ਆ ਪਹਿਲਾਂ ਬਸ ਵਰਡ ਮੈਕਰੋ ਨੂੰ ਸਮਝਣਾ ਮੈਕਰੋ ਹੁੰਦਾ ਕੀ ਆ ਫਿਰ ਕੰਪਿਊਟਰ ਤਾਂ इजीली ਸਮਝ ਆ ਜਾਣਗੇ ਹੁਣ ਤੁਹਾਨੂੰ ਮੈਂ ਦੱਸਦਾ ਇਹਦੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਕੰਪਿਊਟਰ ਆਉਂਦਾ ਰਾਜੇ ਉਹਨੂੰ ਕਹਿ ਦਿੰਦੇ ਆ ਮੇਨ ਫਰੇਮ ਕੰਪਿਊਟਰ ਤਾਂ ਨਾਮ ਤੋਂ ਹੀ ਕਲੀਅਰ ਆ ਰਾਜੇ ਮੇਨ ਫਰੇਮ ਹੁਣ ਕੀ ਹੁੰਦਾ ਮੰਨ ਲਓ ਕੋਈ ਬੈਂਕ ਹੈ ਜਿਵੇਂ SBI ਬੈਂਕ ਹੈ ਉਹਦੀ ਜਿਹੜੀ ਮੇਨ ਬ੍ਰਾਂਚ ਆਉਗੀ ਆ ਮੁੰਬਈ ਹੈ ਪਰ ਬਾਕੀ ਕਿੰਨੀਆਂ ਬ੍ਰਾਂਚੇਜ਼ ਹੋਣਗੀਆਂ ਪੰਜਾਬ ਦੇ ਵਿੱਚ ਪਟਿਆਲੇ ਵੀ ਆ ਬਠਿੰਡੇ ਵੀ ਆ ਲੁਧਿਆਣੇ ਵੀ ਆ ਪਿੰਡਾਂ ਦੇ ਵਿੱਚ ਵੀ ਆ ਪਰ ਸਾਰਿਆਂ ਦਾ ਜਿਹੜਾ ਸੈਂਟਰਲਾਈਜ਼ ਠੀਕ ਹੈ ਜਿੱਥੇ ਆਪਰੇਸ਼ਨਸ ਪਰਫਾਰਮ ਹੁੰਦੇ ਆ ਸੈਂਟਰਲਾਈਜ਼ ਡਾਟਾ ਰੱਖਿਆ ਜਾਂਦਾ ਉਹ ਤਾਂ ਇੱਕ ਬ੍ਰਾਂਚ ਰੱਖਿਆ ਜਾਊਗਾ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਮੇਨ ਬ੍ਰਾਂਚ ਆਫ ਐਸਬੀਆਈ ਤਾਂ ਉਵੇਂ ਇੱਕ ਕੰਪਿਊਟਰ ਹੁੰਦਾ ਜਿਹੜਾ ਕਿ ਸੈਂਟਰਲਾਈਜ਼ ਵਰਕ ਕਰਦਾ ਜਿਹਦੇ ਉੱਪਰ ਕੀ ਆ ਮੇਨ ਡਾਟਾ ਰੱਖਿਆ ਜਾਂਦਾ ਤਾਂ ਉਹਨੂੰ ਕਹਿ ਦਿੰਦੇ ਆ ਮੇਨ ਫਰੇਮ ਕੰਪਿਊਟਰ ਹੁਣ ਆਪਾਂ ਪੜ੍ਹਦੇ ਆ ਮੇਨ ਫਰੇਮ ਕੰਪਿਊਟਰ ਹੁੰਦਾ ਕੀ ਹੈ ਕਹਿੰਦਾ ðiːz ɑːr ðə ਲਾਰਜ ਐਂਡ ਪਾਵਰਫੁਲ ਕੰਪਿਊਟਰਸ ਵਿਚ ਆਰ ਯੂਜ਼ਡ ਫਾਰ ਕੰਪਲੈਕਸ ਐਂਡ ਲੈਂਥੀ ਕੰਪਿਊਟੇਸ਼ਨ ਮਤਲਬ ਕਿ ਲਾਰਜ ਤੇ ਕੰਪਲੈਕਸ ਕੈਲਕੂਲੇਸ਼ਨ ਕਰਨ ਵਾਸਤੇ ਜਿਹੜਾ ਵਰਤਿਆ ਜਾਂਦਾ ਉਹਨੂੰ ਕਹਿ ਦਿੰਦੇ ਆ ਰਾਜੇ ਮੇਨ ਫਰੇਮ ਕੰਪਿਊਟਰ ਕਹਿ ਦਿੰਦੇ ਆ ਤੇ ਵਰਤਿਆ ਕਿੱਥੇ ਜਾਂਦਾ ਜਿਵੇਂ ਸੈਂਟੀਫਿਕ ਹੋ ਗਈਆਂ ਕੈਲਕੂਲੇਸ਼ਨਸ ਹੋ ਗਈਆਂ ਇੰਜੀਨੀਅਰਿੰਗ ਐਪਲੀਕੇਸ਼ਨਸ ਹੋ ਗਈਆਂ ਜਿੱਥੇ ਕਿ ਕੰਪਲੈਕਸ ਡਾਟੇ ਦੇ ਉੱਪਰ ਕੰਮ ਕੀਤਾ ਜਾਂਦਾ ਉੱਥੇ ਵਰਤਿਆ ਜਾਂਦਾ ਤੁਹਾਡਾ ਮੇਨ ਫਰੇਮ ਕੰਪਿਊਟਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹ ਕੀ ਕਰਦਾ ਲਾਰਜ ਨੰਬਰ ਆਫ ਇਨਪੁਟ ਤੇ ਆਊਟਪੁੱਟ ਡਿਵਾਈਸਿਸ ਨੂੰ ਅਸੈਪਟ ਕਰਦਾ ਜਾਂ ਸਪੋਰਟ ਕਰਦਾ ਹੈ ਠੀਕ ਹੈ ਕਿਉਂਕਿ ਇਹਦੇ ਵਿੱਚ ਕੀ ਆ ਡਾਟਾ ਕੰਪਲੈਕਸ ਯੂਜ਼ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਕੀ ਆ ਲਾਰਜ ਨੰਬਰ ਆਫ ਇਨਪੁਟ ਤੇ ਆਉਟਪੁਟ ਡਿਵਾਈਸਸ ਕਨੈਕਟਡ ਕਰ ਸਕਦੇ ਆ ਆਪਾਂ ਇਸ ਤੋਂ ਬਾਅਦ ਕਹਿੰਦਾ ਹੋਰ ਕੀ ਕਹਿੰਦਾ ਇਸਪੋਰਟ ਕਰਦਾ ਹੈ ਪ੍ਰੋਵਾਈਡ ਕਰਦਾ ਹੈ ਪ੍ਰੋਸੈਸਿੰਗ ਸਪੀਡ ਹਾਈ ਇਸ ਤੋਂ ਬਾਅਦ ਕਿੱਥੇ ਯੂਜ਼ ਹੁੰਦਾ ਕਹਿੰਦਾ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੀ ਆ ਸੈਂਟਰਲ ਸਾਈਡ ਤੇ ਹੁੰਦਾ ਮਤਲਬ ਕਿ ਕੋਈ ਵੀ ਆਰਗੇਨਾਈਜੇਸ਼ਨ ਇਹਨੂੰ ਕਿਵੇਂ ਯੂਜ਼ ਕਰਦੀ ਹੈ ਸੈਂਟਰਲਾਈਜ਼ ਕੰਪਿਊਟਰ ਦੇ ਤੌਰ ਤੇ ਯੂਜ਼ ਕਰਦੀ ਜਿੱਥੇ ਕੀ ਉਹਨਾਂ ਦਾ ਸਭ ਤੋਂ ਮੇਨ ਡਾਟਾ ਕੀ ਹੈ ਸਟੋਰ ਕੀਤਾ ਜਾਂਦਾ ਜਾਂ ਉੱਤੇ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਠੀਕ ਹੈ ਇਹ ਹੈਗਾ ਤੁਹਾਡਾ ਮੇਨ ਫਰੇਮ ਕੰਪਿਊਟਰ ਹੁਣ ਇਹਦੀ ਐਗਜ਼ਾਮਪਲ ਲਿਕਾ ਆ ਤੁਹਾਨੂੰ ਮੈਂ ਦਿਖਾ ਦਿੰਦਾ ਪਿਕਚਰ ਦੇ ਵਿੱਚ ਇਹ ਹੁੰਦੇ ਮੇਨ ਫਰੇਮ ਕੰਪਿਊਟਰਸ ਹੋ ਗਏ ਠੀਕ ਹੈ ਇਹਨੂੰ ਦੇਖ ਲਿਓ ਇੱਕ ਵਾਰੀ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਨੈਕਸਟ ਕਿਹੜਾ ਹੈਗਾ ਮਾਈਕਰੋ ਕੰਪਿਊਟਰ ਸੈਕਿੰਡ ਹੈਗਾ ਜਿਹੜਾ ਮੋਸਟ ਇੰਪੋਰਟੈਂਟ ਹੈ ਜਿੱਥੇ ਸਭ ਤੋਂ ਵੱਧ ਕੁਐਸਚਨ ਪੁੱਛੇ ਜਾਂਦੇ ਆ ਸੁਪਰ ਕੰਪਿਊਟਰ ਤਾਂ ਨਾਮ ਤੋਂ ਹੀ ਕਲੀਅਰ ਹੈ ਸੁਪਰ ਮਤਲਬ ਕਿ ਸਭ ਤੋਂ ਸੁਪਰ ਹੋਊਗਾ ਸੁਪਰ ਡੂਪਰ ਠੀਕ ਹੈ ਇਹਦੇ ਵਿੱਚ ਕੀ ਆ ਸਪੀਡ ਵੀ ਜ਼ਿਆਦਾ ਹੋਊਗੀ ਇਹਦੀ ਇਹਦੀ ਕੈਪੈਸਿਟੀ ਵੀ ਜ਼ਿਆਦਾ ਹੋਊਗੀ ਜ਼ਿਆਦਾ ਹੀ ਕੰਪਲੈਕਸ ਕੈਲਕੂਲੇਸ਼ਨ ਕਰ ਸਕਦਾ ਹੈ ਤੇ ਸਪੀਡ ਤਾਂ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ ਪਰ ਮੋਸਟ ਇੰਪੋਰਟੈਂਟ ਇਗਜ਼ਾਮ ਦੇ ਵਾਸਤੇ ਕੀ ਆ ਰਾਜੇ ਉਹ ਤੁਹਾਨੂੰ ਮੈਂ ਦੱਸ ਦਿੰਦਾ ਸਭ ਤੋਂ ਪਹਿਲਾਂ ਪੜ੍ਹਦੇ ਆਪਾਂ ਕਹਿੰਦਾ ਦਾ ਮੋਸਟ ਪਾਵਰਫੁਲ ਕੰਪਿਊਟਰਸ ਆਰ ਦਾ ਸੁਪਰ ਕੰਪਿਊਟਰਸ ਠੀਕ ਹੈ ਯਾਦ ਰੱਖਣਾ ਕਈ ਵਾਰ ਪੁੱਛ ਲੈਂਦੇ ਆ ਕਿ ਸਭ ਤੋਂ ਸੁਪਰ ਮਤਲਬ ਕਿ ਕਿਹੜੇ ਨੇ ਕੰਪਿਊਟਰ ਤਾਂ ਸੁਪਰ ਕੰਪਿਊਟਰ ਦਾ ਨਾਮ ਹੀ ਸੁਪਰ ਕੰਪਿਊਟਰ ਰੱਖਿਆ ਗਿਆ ਹੈ ਇਸ ਤੋਂ ਬਾਅਦ ਕਹਿੰਦਾ ਕੰਮ ਕੀ ਕਰਦੇ ਆ ਕਹਿੰਦਾ ਮੈਨੀ ਪ੍ਰੋਸੈਸਿੰਗ ਯੂਨਿਟਸ ਆਰ ਇੰਟੀਗ੍ਰੇਟਿਡ ਟੁਗੇਦਰ ਟੂ ਪਰਫਾਰਮ ਬਿਲੀਅਨ ਆਫ ਦਾ ਸੈਂਟੀਫਿਕ ਐਂਡ ਅਰਥਮੈਟਿਕ ਆਪਰੇਸ਼ਨਸ ਦੇਖੋ ਇੱਕ ਸੈਕਿੰਡ ਦੇ ਵਿੱਚ ਇਹ ਬਿਲੀਅਨ ਆਫ ਕੀ ਹੈ ਕੰਪਲੈਕਸ ਕੈਲਕੂਲੇਸ਼ਨ ਕਰ ਸਕਦਾ ਹੈ ਚਾਹੇ ਉਹ ਅਰਥਮੈਟਿਕ ਹੋਣ ਚਾਹੇ ਉਹ ਸੈਂਟੀਫਿਕ ਹੋਣ ਤਾਂ ਹੀ ਇਹਨੂੰ ਕੀ ਕਹਿੰਦੇ ਨੇ ਰਾਜੇ ਸੁਪਰ ਕੰਪਿਊਟਰ ਕਹਿੰਦੇ ਨੇ ਇਸ ਤੋਂ ਬਾਅਦ ਕਹਿੰਦਾ ਇਹ ਕੀ ਕਰਦਾ ਇੱਕ ਕਹਿੰਦਾ ਇੰਪੋਰਟੈਂਟ ਰੋਲ ਪਲੇ ਕਰਦਾ ਕਿਹਦੇ ਵਿੱਚ ਜਿਵੇਂ ਕੋਈ ਡਿਫੈਂਸ ਦੇ ਵਿੱਚ ਕੋਈ ਕੰਮ ਹੋ ਰਿਹਾ ਜਾਂ ਡਿਫੈਂਸ ਦੇ ਰਿਲੇਟਡ ਐਪਲੀਕੇਸ਼ਨਸ ਹੈਗੀਆਂ ਜਾਂ ਕੋਈ ਸੈਂਟੀਫਿਕ ਹੈਗੀਆਂ ਕੋਈ ਮੈਡੀਸਨ ਦੇ ਰਿਲੇਟਡ ਹੈਗੀਆਂ ਕੋਈ ਸਪੇਸ ਦੇ ਰਿਲੇਟਡ ਹੈਗੀਆਂ ਉੱਥੇ ਕੀ ਵਰਤਿਆ ਜਾਂਦਾ ਆਪਣਾ ਸੁਪਰ ਕੰਪਿਊਟਰ ਵਰਤਿਆ ਜਾਂਦਾ ਕਿਉਂਕਿ ਉੱਥੇ ਸੈਕਿੰਡ ਤੋਂ ਵੀ ਛੋਟੇ ਸੈਕਿੰਡ ਅਗਰ ਆਪਾਂ ਪੈਟਾ ਸੈਕਿੰਡ ਨੈਨੋ ਸੈਕਿੰਡ ਮਾਈਕਰੋ ਸੈਕਿੰਡ ਦੀ ਗੱਲ ਕਰੀਏ ਤਾਂ ਸੈਕਿੰਡ ਦਾ ਵੀ ਦਸਵਾਂ ਜਾਂ ਬਾਰਵਾਂ ਹਿੱਸਾ ਠੀਕ ਹੈ ਮਤਲਬ 10 ਦੀ ਪਾਵਰ -12 ਤਾਂ ਇੰਨੇ ਛੋਟੇ ਟਾਈਮ ਦੇ ਵਿੱਚ ਕੰਮ ਹੁੰਦਾ ਤਾਂ ਉੱਥੇ ਸੁਪਰ ਕੰਪਿਊਟਰ ਚਾਹੀਦਾ ਜਿੱਦੀ ਕਿ ਸਪੀਡ ਬਹੁਤ ਕੀ ਹੁੰਦੀ ਆ ਫਾਸਟ ਹੁੰਦੀ ਆ ਹੁਣ ਜਿਹੜਾ ਐਗਜ਼ਾਮ ਦੇ ਵਾਸਤੇ ਜਿਆਦਾ ਇੰਪੋਰਟੈਂਟ ਚੀਜ਼ ਆ ਗਈ ਆ ਰਾਜੇ ਆ ਪੁੱਛਿਆ ਜਾਂਦਾ ਵਾਰ-ਵਾਰ ਕਿ ਸੁਪਰ ਕੰਪਿਊਟਰ ਦੀ ਜਿਹੜੀ ਸਪੀਡ ਹੈ ਉਹ ਕਿਹਦੇ ਵਿੱਚ ਮੈਜ਼ਰ ਕੀਤੀ ਜਾਂਦੀ ਆ ਰਾਜੇ ਉਹ ਕੀਤੀ ਜਾਂਦੀ ਆ ਫਲੌਪਸ ਦੇ ਵਿੱਚ ਠੀਕ ਆ ਫਲੌਪਸ ਦਾ ਮਤਲਬ ਕੀ ਹੁੰਦਾ ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ ਤਾਂ ਤੁਹਾਨੂੰ ਮੈਂ ਕਰਾਇਆ ਸੀ ਨਾ ਸਟਾਰਟਿੰਗ ਦੇ ਵਿੱਚ ਜਦੋਂ ALU ਕੰਮ ਕਰਦਾ ਠੀਕ ਆ ਤਾਂ ਜਦੋਂ ਫੇਲ ਹੋ ਜਾਂਦਾ ਤਾਂ ਉਹਦੇ ਵਾਸਤੇ ਇੱਕ ਨਵੀਂ ਚਿਪ ਯ ਫਲੋਟਿੰਗ ਪੁਆਇੰਟ ਚਿਪ ਡਫਲੇਟ ਫਲੋਟਿੰਗ ਪੁਆਇੰਟ ਯੂਨਿਟ ਐਫ ਪੀ ਯੂ ਕਰਾਇਆ ਸੀ ਨਾ ਯਾਦ ਆ ਗਿਆ ਹੋਊਗਾ ਮੈਨੂੰ ਲੱਗਦਾ ਤਾਂ ਇਹਦੇ ਵਿੱਚ ਕੀ ਯੂਜ਼ ਕੀਤੇ ਜਾਂਦੇ ਨੇ ਫਲੋਪਸ ਯੂਜ਼ ਕੀਤੇ ਜਾਂਦੇ ਨੇ ਜਿਹੜੇ ਕਿ ਲਾਰਜ ਕੈਲਕੂਲੇਸ਼ਨ ਨੂੰ ਕੀ ਕਰਦੇ ਆ ਬਹੁਤ ਸਪੀਡ ਦੇ ਨਾਲ ਕੈਲਕੂਲੇਟ ਕਰਦੇ ਆ ਕੰਪਲੈਕਸ ਕੈਲਕੂਲੇਸ਼ਨ ਨੂੰ ਠੀਕ ਹੈ ਤਾਂ ਨੈਕਸਟ ਹੋਰ ਦੇਖਦੇ ਆ ਹੋਰ ਕੀ ਆਪਣੇ ਐਗਜ਼ਾਮ ਦੇ ਵਾਸਤੇ ਇੰਪੋਰਟੈਂਟ ਹੋ ਜਾਏ ਹੁਣ ਪਿੱਛੇ ਜੇ ਕੀ ਹੋਇਆ ਸੀ ਰਾਜੇ ਕਰੋਨਾ ਵਾਇਰਸ ਆਇਆ ਸੀਗਾ ਤਾਂ ਕਰੋਨਾ ਵਾਇਰਸ ਦੇ ਦੌਰਾਨ ਦੇ ਕੁਝ ਪਾਣ ਇੱਕ ਬਹੁਤ ਤਕੜਾ ਦੇਸ਼ ਹੈ ਜਿਹਦੇ ਵਿੱਚ ਟੈਕਨੋਲੋਜੀ ਬੜੀ ਫਾਸਟ ਡਿਵੈਲਪ ਹੁੰਦੀ ਹੈ ਤਾਂ ਜਪਾਨ ਨੇ ਕੀ ਕੀਤਾ ਇੱਕ ਜਿਵੇਂ ਨਵਾਂ ਕੰਪਿਊਟਰ ਫਾਸਟੈਸਟ ਵਰਲਡਸ ਫਾਸਟੈਸਟ ਸੁਪਰ ਕੰਪਿਊਟਰ ਕੀ ਕਰਤਾ ਡਿਵੈਲਪ ਕਰਤਾ ਜਿਹੜਾ ਕਿ ਫਾਈਟ ਕਰਦਾ ਅਗੇਸਟ ਕਰੋਨਾ ਵਾਇਰਸ ਉਹਦਾ ਨਾਮ ਕੀ ਹੈ ਰਾਜੇ ਦੇਖੋ ਨਾਮ ਜਪਾਨ ਵਾਲਿਆਂ ਦੇ ਪੁੱਠੇ ਸਿੱਧੇ ਹੁੰਦੇ ਆ ਐਫ ਯੂ ਜੀ ਏ ਕੇ ਜੂ ਫਗਾਕੂ ਠੀਕ ਹੈ ਫਗਾਕੂ ਕੀ ਹੈ ਇੱਕ ਸੁਪਰ ਕੰਪਿਊਟਰ ਹੈ ਜਿਹੜਾ ਕਿ ਉਹਨਾਂ ਨੇ ਕਲੇਮ ਕੀਤਾ ਸੀਗਾ ਆਪਣਾ ਜੁਲਾਈ ਦੇ ਵਿੱਚ 2020 ਦੇ ਵਿੱਚ ਬਣਾਇਆ ਉਹਨਾਂ ਨੇ ਜਿਹਦੀ ਕੀ ਆ ਕਹਿੰਦਾ 2.8 ਟਾਈਮ ਕੀ ਆ ਫਾਸਟ ਹੈ ਕਿਹਦੇ ਨਾਲ ਉਹ IBM ਦੇ ਮਸ਼ੀਨ ਦੇ ਨਾਲੋਂ ਤਾਂ ਪਹਿਲਾਂ IBM ਦੀ ਮਸ਼ੀਨ ਨੂੰ ਫਾਸਟ ਮੰਨਿਆ ਜਾਂਦਾ ਸੀਗਾ ਪਰ ਇਹ ਉਸ ਤੋਂ ਵੀ 2.8 ਟਾਈਮ ਕੀ ਆ ਫਾਸਟ ਹੈ ਠੀਕ ਹੈ ਤਾਂ ਬਸ ਤੁਹਾਡੇ ਵਾਸਤੇ ਕੀ ਯਾਦ ਰੱਖਣ ਵਾਸਤੇ ਆ ਕਿ ਆ ਕੰਪਿਊਟਰ ਦਾ ਨਾਮ ਤੇ ਨਾਮ ਤੇ ਕੰਟਰੀ ਕਿਹੜੀ ਹੈ ਤੇ ਕਿਹਦੇ ਅੰਗੇਸ਼ਟ ਤੇ ਤਿਆਰ ਕੀਤਾ ਕਰੋਨਾ ਵਾਇਰਸ ਦੇ ਨਾਲ ਲੜਨ ਵਾਸਤੇ ਹੁਣ ਅਗਰ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਆ ਜਾਂਦੇ ਆ ਤਾਂ ਇੰਡੀਆ ਦਾ ਜਿਹੜਾ ਫਰਸਟ ਸੁਪਰ ਕੰਪਿਊਟਰ ਸੀਗਾ ਰਾਜੇ ਉਹ ਸੀਗਾ ਪਰਮ ਪਰਮ 8000 ਠੀਕ ਹੈ ਜਿਹੜਾ ਕਿ ਸੀਡੈਕ ਸੀਡੈਕ ਕੰਪਨੀ ਦੁਆਰਾ ਡਿਵੈਲਪ ਕੀਤਾ ਗਿਆ ਸੀਗਾ ਤੇ ਹੁਣ ਕਹਿੰਦਾ ਇੱਕ ਪਿੱਛੇ ਜੇ 500 ਲਿਸਟ ਮਤਲਬ ਟਾਪ 500 ਸੁਪਰ ਕੰਪਿਊਟਰ ਦੀ ਲਿਸਟ ਲਾਂਚ ਹੋਈ ਸੀਗੀ ਉਹਦੇ ਵਿੱਚ ਇੰਡੀਆ ਦਾ ਇੱਕ ਕੰਪਿਊਟਰ ਆਇਆ ਰਾਜੇ ਉਹ ਕੰਪਿਊਟਰ ਦਾ ਨਾਮ ਹੈਗਾ ਤੁਹਾਡਾ ਪ੍ਰਤੀਉਸ਼ 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 ਗਿਆ ਇੱਕ ਜਿਹੜਾ ਕੀ ਮੈਨੂੰ ਲੱਗਦਾ 53 ਨੰਬਰ ਤੇ ਸ਼ਾਇਦ ਆਇਆ ਆਪਣਾ 500 ਦੇ ਵਿੱਚੋਂ ਠੀਕ ਹੈ ਨੰਬਰ ਕੋਈ ਇੰਪੋਰਟੈਂਟ ਨਹੀਂ ਰਹੂਗਾ ਤਾਂ ਨਾਮ ਇੰਪੋਰਟੈਂਟ ਰਹੂਗਾ ਪ੍ਰੋਡਿਊਸ ਕੀ ਹੈ ਇੰਡੀਆਸ ਫਾਸਟੈਸਟ ਸੁਪਰ ਕੰਪਿਊਟਰ ਹੈ ਤਾਂ ਲੇਟੈਸਟ ਇਹੀ ਹੈ ਇਹਨੂੰ ਯਾਦ ਰੱਖਿਓ ਤੇ ਜਿਹੜਾ ਵਰਡਸ ਜਿਹੜਾ ਟੌਪ ਟੌਪ ਕੀਤਾ ਰਾਜੇ ਦੋ ਕੰਟਰੀਆਂ ਹੈ ਜਪਾਨ ਦਾ ਫੁਗਾਕੂ ਤੇ IBM ਦਾ ਇੱਕ ਹੈਗਾ ਸੁਮਿਤ ਸੰਮਿਤ ਜਾਂ ਸਮਿਟ ਬੋਲ ਦਿੰਦੇ ਆ ਜਾਂ ਸੁਮਿਤ ਬੋਲ ਦੋ ਜੋ ਵੀ ਮਰਜ਼ੀ ਬੋਲ ਦੋ ਬਸ ਯਾਦ ਰੱਖਣਾ ਢੰਗ ਹੈ ਯਾਦ ਰੱਖਣਾ ਆਪਣੇ ਨੂੰ ਨਾਮ ਤੋਂ ਮਤਲਬ ਹੈ ਠੀਕ ਹੈ ਯਾਦ ਰੱਖ ਲਿਓ ਪੇਪਰਾਂ 'ਚ ਪੁੱਛਿਆ ਜਾਂਦਾ ਵਾਰ-ਵਾਰ ਤਾਂ ਆਹ ਸੁਪਰ ਕੰਪਿਊਟਰ ਹੁੰਦੇ ਨੇ ਭਾਈ ਲਾਰਜ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਵੈਸਚਨ ਕਿਵੇਂ ਪੁੱਛੇ ਜਾਂਦੇ ਆ ਕਹਿੰਦਾ ਡੈਸ਼ ਆਰ ਯੂਜ਼ਡ ਫਾਰ ਸੋਲਵਿੰਗ ਕੰਪਲੈਕਸ ਐਪਲੀਕੇਸ਼ਨ ਸੱਚ ਐਸ ਗਲੋਬਲ ਵੀਦਰ ਫੋਰਕਾਸਟਿੰਗ ਹੁਣ ਜਿਵੇਂ ਤੁਹਾਡੀ ਕੋਈ ਜਿਵੇਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੱਲ ਭਾਈ ਮੀਂਹ ਆਉਣਾ ਹੈ ਧੁੱਪ ਨਿਕਲੂਗੀ ਜਾਂ ਫਲਾਨਾ ਕੰਮ ਹੋਊਗਾ ਤਾਂ ਉਹਦੇ ਪਿੱਛੇ ਜਿਹੜੇ ਕੰਪਿਊਟਰ ਵਰਕ ਕਰਦੇ ਆ ਰਾਜੇ ਉਹ ਕਿਹੜੇ ਹੁੰਦੇ ਨੇ ਸੁਪਰ ਕੰਪਿਊਟਰ ਕਿਉਂਕਿ ਜਿਹੜਾ ਮੌਸਮ ਹੁੰਦਾ ਰਾਜੇ ਐਵਰੀ ਸੈਕਿੰਡ ਬਦਲਦਾ ਰਹਿੰਦਾ ਹੈ ਤਾਂ ਵਾਰ-ਵਾਰ ਉਹਨੂੰ ਕੈਲਕੂਲੇਟ ਕਰਨਾ ਵਾਰ-ਵਾਰ ਹਾਈ ਸਪੀਡ ਦੇ ਨਾਲ ਕੈਲਕੂਲੇਟ ਕਰਨਾ ਤਾਂ ਇਹ ਕੀ ਹੈ ਕੌਣ ਕਰ ਸਕਦਾ ਤੁਹਾਡੇ ਸੁਪਰ ਕੰਪਿਊਟਰ ਹੀ ਕਰ ਸਕਦੇ ਆ ਠੀਕ ਹੈ ਤਾਂ ਯਾਦ ਰੱਖ ਲਿਓ ਇਗਜ਼ਾਮ ਦੇ ਵਾਸਤੇ ਹੁਣ ਆਪਾਂ ਮੈਕਰੋ ਖਤਮ ਹੋ ਗਏ ਨੈਕਸਟ ਆਪਾਂ ਗੱਲ ਕਰਦੇ ਆ ਮਾਈਕਰੋ ਦੀ ਤਾਂ ਜਿਹੜੇ ਮਾਈਕਰੋ ਹੈਗੇ ਆ ਸਭ ਤੋਂ ਸਮਾਲੈਸਟ ਹੈ ਦੇਖੋ ਮੈਕਰੋ ਸਭ ਤੋਂ ਵੱਡੇ ਸੀਗੇ ਤੇ ਮਾਈਕਰੋ ਕੀ ਹੁੰਦਾ ਮਾਈਕਰੋ ਵਰਡ ਦਾ ਮਤਲਬ ਕੀ ਹੁੰਦਾ ਛੋਟੇ-ਛੋਟੇ ਠੀਕ ਹੈ ਤਾਂ ਸਮਾਲੈਸਟ ਜਿਹੜੇ ਕੰਪਿਊਟਰ ਹੋਣਗੇ ਰਾਜ ਉਹਨਾਂ ਨੂੰ ਕੀ ਕਹ ਦਾਂਗੇ ਆਪਾਂ ਮਾਈਕਰੋ ਕੰਪਿਊਟਰ ਕਹ ਦਾਂਗੇ ਇਹ ਬੇਸਿਕਲੀ ਵਰਤੇ ਜਾਂਦੇ ਜਿਵੇਂ ਕਿਸੇ ਘਰਾਂ ਦੇ ਵਿੱਚ ਕਿਸੇ ਸਿੰਗਲ ਪਰਸਨ ਦੇ ਵਾਸਤੇ ਜਾਂ ਛੋਟੀ ਆਰਗੇਨਾਈਜੇਸ਼ਨ ਦੇ ਵਿੱਚ ਵਰਤੇ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਪਰਸਨਲ ਕੰਪਿਊਟਰ ਜਾਂ ਤੁਸੀਂ ਕਹਿੰਦੇ ਹੋਵੋਗੇ ਪੀਸੀ ਯਾਰ ਤੇਰਾ ਪੀਸੀ ਯੂਜ਼ ਕਰਨਾ ਜਿਹਨੂੰ ਪੀਸੀ ਦਾ ਮਤਲਬ ਕੀ ਹੈ ਪਰਸਨਲ ਕੰਪਿਊਟਰ ਮਤਲਬ ਉਹ ਕਿ ਕਿਸੇ ਬੰਦੇ ਦਾ ਪਰਸਨਲ ਹੀ ਹੈ ਤਾਂ ਉਹਨੂੰ ਪਰਸਨਲ ਕੰਪਿਊਟਰ ਕਿਹਾ ਜਾਂਦਾ ਹੈ ਤਾਂ ਇਹ ਸਿੰਗਲ ਪਰਸਨ ਦੇ ਦੁਆਰਾ ਯੂਜ਼ ਕੀਤਾ ਜਾਂਦਾ ਰਾਜੇ ਇਹ ਸਮਾਲ ਇਨ ਸਾਈਜ਼ ਹੁੰਦਾ ਹੈ ਸਿੰਗਲ ਪਰਸਨ ਯੂਜ਼ ਕਰਦਾ ਲੈਸ ਹੀਟ ਜਨਰੇਟ ਕਰਦਾ ਤੇ ਇੰਨਾ ਮਹਿੰਗਾ ਨਹੀਂ ਹੁੰਦਾ ਐਜ਼ ਕੰਪੇਰ ਕੰਪੇਅਰ ਟੂ ਆਪਣੇ ਮੈਕਰੋ ਕੰਪਿਊਟਰ ਜਿਵੇਂ ਮੇਨ ਫਰੇਮ ਕੰਪਿਊਟਰ ਹੋਗੇ ਸੁਪਰ ਕੰਪਿਊਟਰ ਕੀ ਹੁੰਦੇ ਆ ਬਹੁਤ ਮਹਿੰਗੇ ਹੁੰਦੇ ਆ ਐਗਜ਼ਾਮਪਲ ਦੇਖ ਲੋ ਰਾਜੇ ਜਿਵੇਂ ਡੈਸਕਟਾਪ ਕੰਪਿਊਟਰ ਹੋ ਗਿਆ ਤੁਹਾਡਾ ਲੈਪਟਾਪ ਹੋ ਗਿਆ ਵਰਕ ਸਟੇਸ਼ਨ ਕੰਪਿਊਟਰ ਹੋਗੇ ਆਈਪੈਡ ਹੋਗੇ ਮੋਬਾਈਲਸ ਹੋਗੇ ਇਹ ਸਾਰੇ ਕਿਦੇ ਅੰਦਰ ਆਂਦੇ ਨੇ ਤੁਹਾਡੇ ਮਾਈਕਰੋ ਕੰਪਿਊਟਰ ਦੇ ਅੰਡਰ ਆਉਂਦੇ ਨੇ ਆਪਾਂ ਪੜਦੇ ਹਾਂ ਇਹਨਾਂ ਨੂੰ ਧਿਆਨ ਦੇ ਨਾਲ ਸਭ ਤੋਂ ਇਪੋਰਟੈਂਟ ਹੈ ਰਾਜੇ ਤੁਹਾਡਾ ਪਰਸਨਲ ਕੰਪਿਊਟਰ ਆ ਤੁਸੀਂ ਦੇਖਿਆ ਹੀ ਹੋਊਗਾ ਸਾਰਿਆਂ ਦੇ ਘਰਾਂ ਦੇ ਵਿੱਚ ਹੋਣ ਹੋਊਗਾ ਵੀ ਪਰ ਵੈਸੇ ਸਾਹਮਣੇ ਦੇਖਿਆ ਵੀ ਹੋਊਗਾ ਬੈਂਕਾਂ ਦੇ ਵਿੱਚ ਦੇਖਿਆ ਹੋਊਗਾ ਜਾਂ ਕਿਸੇ ਦੁਕਾਨ ਤੇ ਵੀ ਦੇਖਿਆ ਹੋਊਗਾ ਤੁਸੀਂ ਤਾਂ ਪਰਸਨਲ ਕੰਪਿਊਟਰ ਕੀ ਹੈ ਕਹਿੰਦਾ ਰਾਜੇ ਦਾ ਪਰਸਨਲ ਕੰਪਿਊਟਰ ਹੈਜ਼ 올 ਦਾ ਫੰਕਸ਼ਨਲ ਐਲੀਮੈਂਟ ਫਾਊਂਡ ਇਨ ਦਾ ਲਾਰਜ ਸਿਸਟਮ ਲਾਈਕ CPU ਤਾਂ ਇਹਦਾ ਜਿਹੜਾ ਮੇਨ ਪਾਰਟ ਹੁੰਦਾ ਰਾਜੇ ਕਿਹੜਾ ਹੁੰਦਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੁੰਦਾ ਨਾਲ ਹੀ ਕੀ ਲੱਗੀਆਂ ਹੁੰਦੀਆਂ ਨੇ ਇਨਪੁਟ ਤੇ ਆਉਟਪੁਟ ਡਿਵਾਈਸਿਜ਼ ਵੀ ਲੱਗੀਆਂ ਹੁੰਦੀਆਂ ਨੇ ਤੇ ਨਾਲ ਹੀ ਕੀ ਹੁੰਦੀ ਆ ਸਟੋਰੇਜ ਵਾਸਤੇ ਹਾਰਡ ਡਿਸਕ ਵਗੈਰਾ ਲੱਗੀ ਹੁੰਦੀ ਆ ਜਿਹੜੀ ਕਿ ਡਾਟਾ ਸਟੋਰ ਕਰਦੀ ਆ ਠੀਕ ਹੈ ਤੇ ਸਭ ਤੋਂ ਵੱਧ ਇਹੀ ਵਰਤਿਆ ਜਾਂਦਾ ਘਰਾਂ ਦੇ ਵਿੱਚ ਜਾਂ ਪਰਸਨਲ ਯੂਜ਼ ਵਾਸਤੇ ਜਿਹਨੂੰ ਕਹ ਦਿੰਦੇ ਆ ਪਰਸਨਲ ਕੰਪਿਊਟਰ ਨੈਕਸਟ ਗੱਲ ਕਰਦੇ ਆ ਪਰ ਆਜੇ ਲੈਪਟਾਪ ਕੰਪਿਊਟਰ ਦੀ ਤਾਂ ਲੈਪਟਾਪ ਸਭ ਤੋਂ ਪਹਿਲੀ ਜਿਹੜੀ ਗੱਲ ਯਾਦ ਰੱਖਣ ਵਾਲੀ ਆ ਲੈਪਟਾਪ ਲੈਪ ਦਾ ਮਤਲਬ ਹੁੰਦਾ ਆਪਣੀ ਗੋਦੀ ਝੋਲੀ ਜਿਹੜਾ ਕਿ ਆਪਾਂ ਗੋਦੀ ਦੇ ਵਿੱਚ ਰੱਖ ਕੇ ਕੰਮ ਕਰ ਸਕਦੇ ਆ ਲੈਪ ਦੇ ਵਿੱਚ ਰੱਖ ਕੇ ਕੰਮ ਕਰ ਸਕਦੇ ਆ ਤਾਂ ਹੀ ਇਹਨੂੰ ਕਹਿੰਦੇ ਆ ਲੈਪਟਾਪ ਠੀਕ ਹੈ ਤਾਂ ਸਭ ਤੋਂ ਪਹਿਲੀ ਗੱਲ ਇਹ ਕੀ ਹੁੰਦੇ ਨੇ ਪੋਰਟੇਬਲ ਹੁੰਦੇ ਨੇ ਪੋਰਟੇਬਲ ਦਾ ਮਤਲਬ ਕੀ ਹੁੰਦਾ ਕਿ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਤੇ ਲਿਜਾ ਸਕਦੇ ਆ ਬਹੁਤ ਆਸਾਨੀ ਦੇ ਨਾਲ ਠੀਕ ਆ ਤਾਂ ਇਹ ਪੋਰਟੇਬਲ ਹੁੰਦੇ ਨੇ ਸਮਾਲ ਇਨ ਸਾਈਜ਼ ਹੁੰਦੇ ਨੇ ਠੀਕ ਹੈ ਤੇ ਨਾਲ ਹੀ ਇਹ ਕੀ ਕਰਦੇ ਨੇ ਬੈਟਰੀ ਮਤਲਬ ਕਿ ਇਲੈਕਟ੍ਰਿਟੀ ਘੱਟ ਯੂਜ਼ ਕਰਦੇ ਨੇ ਕਿਉਂਕਿ ਇਹਦੇ ਨਾਲ ਕੀ ਯੂਜ਼ ਕੀਤਾ ਜਾਂਦਾ ਐ ਐਡਾਪਟਰ ਵਗੈਰਾ ਯੂਜ਼ ਕੀਤਾ ਜਾਂਦਾ ਤਾਂ ਗੱਲ ਕਰਦੇ ਕਹਿੰਦਾ ਲੈਪਟਾਪ ਕੰਪਿਊਟਰ ਇਜ਼ ਅ ਬ੍ਰਾਂਡ ਆਫ ਦਾ ਮਾਈਕਰੋ ਕੰਪਿਊਟਰ which can be accommodated in a small bag and electricity ta small bag de vich apa use kar sakde ha raaje ta ede vich chhota honda screen de choti hundi hai like lcd monitor te eh sare kamm karda raaje theek hai ta eh hai ga thoda laptop computer next gall karde ha apa eto question kivein puchya janda hai kenda they can operate on the batteries and hence ਆਰ ਵੈਰੀ ਪਪੂਲਰ ਵਿਦ ਟਰੈਵਲਰਸ ਤਾਂ ਦੇਖੋ ਤੁਹਾਨੂੰ ਮੈਂ ਦੱਸਿਆ ਹੀ ਆ ਪੋਰਟੇਬਲ ਹੁੰਦੇ ਆ ਬੈਡ ਦੇ ਤੇ ਕੰਮ ਕਰਦੇ ਆ ਉਹ ਕਿਹੜੇ ਕੰਪਿਊਟਰ ਹੁੰਦੇ ਆ ਲੈਪਟਾਪ ਕੰਪਿਊਟਰ ਇੰਨਾ ਸੌਖਾ ਕੁਐਸਚਨ ਤਾਂ ਪੁੱਛਿਆ ਜਾਊਗਾ ਜੇ ਤੁਹਾਡੀ ਕਿਸਮਤ ਬਹੁਤ ਚੰਗੀ ਹੋਈ ਬਾਕੀ ਇੰਨਾ ਸੌਖਾ ਤਾਂ ਨਹੀਂ ਆਉਂਦਾ ਪਰ ਆਪਾਂ ਹਰ ਇੱਕ ਲੈਵਲ ਨੂੰ ਕੀ ਕਰਨਾ ਹੈ ਪ੍ਰੀਪੇਅਰ ਕਰਕੇ ਚੱਲਣਾ ਰਾਜੇ ਬੇਸਿਕ ਟੂ ਹਾਈ ਤਾਂ ਤਾਂ ਕਰਕੇ ਮੈਂ ਹਰ ਇੱਕ ਟਾਈਪ ਦਾ ਕੁਐਸਚਨ ਤੁਹਾਡੇ ਸਾਹਮਣੇ ਲੈ ਕੇ ਆਉਣਾ ਨੈਕਸਟ ਗੱਲ ਕਰਦੇ ਆ ਵੀਰੇਬਲ ਕੰਪਿਊਟਰਸ ਵੀਅਰ ਮਤਲਬ ਕਿ ਆਪਾਂ ਕੋਈ ਜਿਵੇਂ ਹੱਥ ਦੇ ਉੱਪਰ ਪਾ ਸਕਦੇ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਸਮਾਰਟ ਸਮਾਰਟ ਵਾਚ ਸਮਾਰਟ ਵਾਚ ਐਪਲ ਦੀ ਵੀ ਆਉਂਦੀ ਸਭ ਤੋਂ ਪਹਿਲਾਂ ਐਪਲ ਦੀ ਆਈ ਸੀਗੀ ਅੱਜ ਕੱਲ ਤਾਂ ਹਰ ਇੱਕ ਫੋਨ ਦੇ ਨਾਲ ਆਉਂਦੀ ਹੈ ਸਮਾਰਟ ਵਾਚ ਹੋ ਗਈ ਜਾਂ ਕੋਈ ਇਦਾਂ ਦੀ ਡਿਵਾਈਸ ਜਿਵੇਂ ਤੁਸੀਂ ਮੰਨ ਲਓ ਸਵੇਰੇ ਜੋਗਿੰਗ ਕਰਦੇ ਹੋ ਅੱਜ ਕੱਲ ਡਿਵਾਈਸਿਸ ਆਉਣ ਲੱਗੀਆਂ ਡਿਜੀਟਲ ਵਾਲੀਆਂ ਕਿ ਤੁਹਾਡੀ ਹਾਰਟ ਬੀਟ ਤੁਸੀਂ ਕਿੰਨੇ ਕਦਮ ਚੱਲੇ ਹੋ ਤੁਸੀਂ ਕਿੰਨੇ ਸਪੀਡ ਦੇ ਨਾਲ ਭੱਜ ਰਹੇ ਹੋ ਮਤਲਬ ਕਿ ਇਦਾਂ ਦੀਆਂ ਡਿਵਾਈਸਿਸ ਆਉਣ ਲੱਗੀਆਂ ਠੀਕ ਹੈ ਤਾਂ ਇਹ ਸਾਰੀਆਂ ਕੀ ਹੁੰਦੀਆਂ ਨੇ ਰਾਜੇ ਵੇਅਰੇਬਲ ਕੰਪਿਊਟਰਸ ਹੁੰਦੇ ਨੇ ਤਾਂ ਇਹ ਦੇਖੋ ਆਪਾਂ ਜਿਵੇਂ ਹਾਰਟ ਰੇਟ ਹੋ ਗਈ ਜਿਵੇਂ ਹਨਾ ਦਾ ਸਮਾਰਟ ਸਮਾਰਟ واਚ ਹੋ ਗਈ ਜਿਹਦੇ ਵਿੱਚ ਆਪਾਂ ਕੀ ਆ ਫੰਕਸ਼ਨਸ ਵੱਖਰੇ ਵੱਖਰੇ ਮਿਲਦੇ ਆਪਾਂ ਨੂੰ ਤਾਂ ਇਹ ਸਾਰੇ ਕੀ ਹੁੰਦੇ ਨੇ ਰਾਜੇ ਤੁਹਾਡੇ ਵੇਅਰੇਬਲ ਕੰਪਿਊਟਰਸ ਹੁੰਦੇ ਨੇ ਨੈਕਸਟ ਆਪਾਂ ਦੇਖਦੇ ਆ ਪਾਮ ਕੰਪਿਊਟਰਸ ਪਾਮ ਕੰਪਿਊਟਰ ਦਾ ਮਤਲਬ ਹੁੰਦਾ ਜਿਹੜਾ ਆਪਾਂ ਅਥੇਲੀ ਦੇ ਵਿੱਚ ਫੜ ਕੇ ਕੰਮ ਕਰ ਸਕਦੇ ਆ ਤਾਂ ਜਿਨ੍ਹਾਂ ਨੂੰ ਪੀਡੀਏ ਕਹਿ ਦਿੰਦੇ ਆ ਪਰਸਨਲ ਡਿਜੀਟਲ ਅਸਿਸਟੈਂਟ ਪੀਡੀਏ ਪਰਸਨਲ ਡਿਜੀਟਲ ਅਸਿਸਟੈਂਟ ਇਹ ਕੀ ਹੁੰਦੇ ਨੇ ਰਾਜੇ ਛੋਟੇ ਕੰਪਿਊਟਰ ਹੁੰਦੇ ਨੇ ਜਿਹਨੂੰ ਆਪਾਂ ਵਰਕ ਕੰਮ ਕਰਨ ਵਾਸਤੇ ਵਰਤਦੇ ਆ ਇਹਦੇ ਵਿੱਚ ਇਨਪੁਟ ਇੱਕ ਸਟਿਕ ਦੇ ਨਾਲ ਦਿੱਤੀ ਜਾਂਦੀ ਹੈ ਠੀਕ ਹੈ ਤਾਂ ਇਹਦੇ ਵਿੱਚ ਕੀਬੋਰਡ ਨਹੀਂ ਹੁੰਦਾਗਾ ਸਟਿਕ ਵਗੈਰਾ ਯੂਜ਼ ਕੀਤੀ ਜਾਂਦੀ ਹੈ ਹੁਣ ਤੁਸੀਂ ਇਹਦੇ ਵਿੱਚ ਕੁਐਸਚਨ ਕਿਵੇਂ ਪੁੱਛਿਆ ਜਾਂਦਾ ਰਾਜੇ ਸਭ ਤੋਂ ਪਹਿਲਾਂ ਵਾਰ-ਵਾਰ ਕੁਐਸਚਨ ਇਹੀ ਰਿਪੀਟ ਹੁੰਦਾ ਕਿ ਪੀਡੀਏ ਸਟੈਂਡਸ ਫਾਰ ਤਾਂ ਲਿਖਿਆ ਹੋਇਆ ਦੇਖੋ ਪਰਸਨਲ ਡਿਜੀਟਲ ਐਪਲੀਕੇਸ਼ਨ ਪ੍ਰਾਈਵੇਟ ਡਿਜੀਟਲ ਐਪਲੀਕੇਸ਼ਨ ਪ੍ਰਾਈਵੇਟ ਡਿਜੀਟਲ ਅਸਿਸਟੈਂਟ ਤਾਂ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਵਾਸਤੇ ਜਿਹੜੇ ਪਰਸਨਲੀ ਯੂਜ਼ ਕੀਤੇ ਜਾਂਦੇ ਆ ਥਿਰੀ ਦੇ ਵਿੱਚ ਰੱਖ ਕੇ ਤਾਂ ਇਹਨਾਂ ਨੂੰ ਕੀ ਕਹ ਦਿੰਦੇ ਆ ਪਰਸਨਲ ਡਿਜੀਟਲ ਅਸਿਸਟੈਂਟ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੋਰ ਕੀ ਪੁੱਛਿਆ ਜਾਂਦਾ ਕਹਿੰਦਾ ਪੀਡੀਏ ਆਰ ਤਾਂ ਪੀਡੀਏ ਕੀ ਹੁੰਦੇ ਰਾਜੇ ਪੀਸੀਸ ਹੁੰਦੇ ਆ ਲੈਪਟਾਪ ਹੁੰਦੇ ਆ ਟੈਬਲੇਟ ਹੁੰਦੀਆਂ ਨੇ ਜਾਂ ਹੈਂਡਹੈਲਡ ਹੁੰਦੇ ਆ ਤਾਂ ਰਾਜੇ ਹੱਥ ਦੇ ਵਿੱਚ ਯੂਜ਼ ਕਰਦੇ ਆ ਤਾਂ ਉਹਨਾਂ ਨੂੰ ਕੀ ਕਹ ਦਿੰਦੇ ਆ ਹੈਂਡਹੈਲਡ ਤੁਹਾਨੂੰ ਮੈਂ ਕੱਲ ਹੀ ਕਰਾ ਕੇ ਹਟਿਆ ਸਕੈਨਰ ਉਹ ਵੀ ਹੈਂਡਹੈਲਡ ਹੁੰਦੇ ਆ ਤਾਂ ਹੈਂਡਹੈਲਡ ਯਾਦ ਰੱਖਿਓ ਵਰਡ ਨੂੰ ਦਿਮਾਗ 'ਚ ਬਿਠਾ ਲਿਓ ਹੁਣ ਨੈਕਸਟ ਦੇਖਦੇ ਆਪਾਂ ਲਾਸਟ ਵਨ ਹੈ ਲੇਕਿਨ ਬਹੁਤ ਇੰਪੋਰਟੈਂਟ ਕੰਪਿਊਟਰ ਹੈਗੇ ਜਿਹੜੇ ਕਿ ਮਿਨੀ ਕੰਪਿਊਟਰ ਮਿਨੀ ਕੰਪਿਊਟਰ ਰਾਜੇ ਲਾਈ ਕਰਦੇ ਆ ਮੈਕਰੋ ਤੇ ਮਾਈਕਰੋ ਦੇ ਵਿੱਚ ਤੇ ਮਾਈਕਰੋ ਤੋਂ ਵੱਡੇ ਹੁੰਦੇ ਆ ਤੇ ਮੈਕਰੋ ਤੋਂ ਛੋਟ ਮਤਲਬ ਕਿ ਸੈਂਟਰ ਵਾਲੇ ਵਿਚ ਵਿਚੋਲੇ ਵਾਲੇ ਵਿਚੋਲਾ ਕਹਿ ਸਕਦੇ ਆ ਉਹਨਾਂ ਦੇ ਵਿਚ ਵਿਚੋਲੇ ਵਾਲੇ ਠੀਕ ਹੈ ਤੇ ਕਹਿੰਦਾ ਮਿਨੀ ਕੰਪਿਊਟਰ ਇਜ਼ ਵਨ ਹੁਸ ਸਾਈਜ਼ ਸਪੀਡ ਐਂਡ ਕੈਪੈਸਿਟੀ ਲਾਈਜ਼ ਬਿਟਵੀਨ ਦਾ ਮੈਕਰੋ ਐਂਡ ਮਾਈਕਰੋ ਪੁੱਛਿਆ ਜਾਂਦਾ ਰਾਜੇ ਪੇਪਰ ਦੇ ਵਿੱਚ ਵੀ ਕਿਹੜੇ ਕੰਪਿਊਟਰ ਲਾਈ ਕਰਦੇ ਆ ਬਿਟਵੀਨ ਮੈਕਰੋ ਤੇ ਮਾਈਕਰੋ ਤਾਂ ਮਿਨੀ ਕਹਿੰਦੇ ਰਾਜੇ ਉਹਨਾਂ ਨੂੰ ਮਿਨੀ ਕੰਪਿਊਟਰ ਇਹਦੇ ਵਿੱਚ ਕਿਵੇਂ ਆਉਂਦੇ ਆ ਰਾਜੇ ਮਿਨੀ ਕੰਪਿਊਟਰ ਇਦਾਂ ਦੇ ਤੁਸੀਂ ਸੁਣਿਆ ਹੋਊਗਾ ਨੋਟਬੁੱਕ ਸੁਣੀ ਹੋਊਗੀ ਨੋਟਬੁੱਕ ਹੋ ਗਈ ਤੁਹਾਡੀ ਟੈਬਲੇਟ ਹੋ ਗਈ ਇਹ ਸਾਰੀਆਂ ਕੀ ਹੁੰਦੀਆਂ ਨੇ ਮ mini ਕੰਪਿਊਟਰ ਦੇ ਵਿੱਚ ਆਉਂਦੀਆਂ ਨੇ ਤਾਂ mini ਕੰਪਿਊਟਰ ਕੀ ਹੁੰਦੇ ਆ ਰਾਜੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਠੀਕ ਹੈ ਵੀ ਮਾਈਕਰੋ ਤੋਂ ਛੋਟੇ ਹੁੰਦੇ ਆ ਤੇ ਮਾਈਕਰੋ ਤੋਂ ਵੱਡੇ ਹੁੰਦੇ ਆ ਜਰਨਲ ਪਰਪਸ ਵਾਸਤੇ ਯੂਜ਼ ਕੀਤੇ ਜਾਂਦੇ ਆ ਠੀਕ ਹੈ ਹੈਂਡ ਹੈਲਡ ਹੁੰਦੇ ਆ ਤਾਂ ਇਹਦੇ ਵਿੱਚ ਕੀ ਹੈ ਨੰਬਰ ਆਫ ਯੂਜ਼ਰਸ ਕੀ ਕਰ ਸਕਦੇ ਆ ਇੱਕੋ ਟਾਈਮ ਤੇ ਕੰਮ ਕਰ ਸਕਦੇ ਹੈ ਠੀਕ ਹੈ ਸ਼ੇਅਰਿੰਗ ਵਾਸਤੇ ਵਰਤੇ ਜਾਂਦੇ ਜਿਹਦੇ ਵਿੱਚ ਟਾਈਮ ਸ਼ੇਅਰਿੰਗ ਕਨਸੈਪਟ ਵਰਤਿਆ ਜਾਂਦਾ ਹੈ ਤab ਆ ਪੜ ਲਿਓ ਤੁਹਾਡੀ ਹੈਲਪ ਵਾਸਤੇ ਮੈਂ ਲਿਖਿਆ ਹੋਇਆ ਅਗਰ ਨਹੀਂ ਸਮਝ ਆਊਗਾ ਕੋਈ ਲੋਕੋ ਥੋੜੀ ਕੁਐਰੀਜ਼ ਹੋਊਗੀ ਤਾਂ ਤੁਸੀਂ ਮੈਨੂੰ ਪੁੱਛ ਲਿਓ ਬਾਕੀ ਜਿਵੇਂ ਤੁਸੀਂ ਨਾ ਬੈਂਕਾਂ ਦੇ ਵਿੱਚ ਜਾਂਦੇ ਆ ਜਿਵੇਂ ਤੁਸੀਂ ਉਹ ਕਰਦੇ ਹੋਵੋਗੇ ਕਾਰਡ ਵਗੈਰਾ ਸਵੈਪ ਕਰ ਦਿੰਦੇ ਆ ਜਾਂ ਕਿਤੇ ਦੁਕਾਨ ਤੇ ਜਾਂਦੇ ਹੋ ਤੁਸੀਂ ਅੱਜ ਕੱਲੋ ਟੱਚ ਸਕਰੀਨ ਆ ਗਈਆਂ ਹਨਾ ਮਸ਼ੀਨਸ ਜਿਹਦੇ ਵਿੱਚ ਤੁਸੀਂ ਕੀ ਕਰਦੇ ਹੋਵੋਗੇ ਤੁਸੀਂ ਬਿੱਲ ਵਗੈਰਾ ਪੇ ਕਰਦੇ ਆ ਆਪਣੇ ਤਾਂ ਉਹ ਸਾਰੇ ਕੀ ਹੁੰਦੇ ਨੇ ਰਾਜ ਜੀ ਤੁਹਾਡੇ ਆਪਣੇ ਮ mini ਕੰਪਿਊਟਰ ਹੁੰਦੇ ਨੇ ਠੀਕ ਹੈ ਜੀ ਨੈਕਸਟ ਦੇਖਦੇ ਆਪਾਂ ਨੈਕਸਟ ਕਹਿੰਦਾ ਕੁਐਸਚਨ ਕਿਵੇਂ ਪੁੱਛਿਆ ਜਾਂਦਾ ਰਾਜੇ ਕਹਿੰਦਾ ਡੈਸ਼ ਕੰਪਿਊਟਰਸ ਆਰ ਲੋਅਰ ਟੂ ਦਾ ਮੇਨ ਫਰੇਮ ਕੰਪਿਊਟਰ ਇਨ ਦਾ ਟਰਮ ਆਫ ਸਪੀਡ ਸਟੋਰੇਜ ਐਂਡ ਕਪੈਸਿਟੀ ਤਾਂ ਇਹ ਹੁੰਦੇ ਭਾਈ ਤੁਹਾਡੇ ਮਿਨੀ ਕੰਪਿਊਟਰ ਤਾਂ ਕੁਐਸਚਨ ਇਸ ਤਰ੍ਹਾਂ ਆ ਸਕਦਾ ਪੁੱਛਿਆ ਜਾ ਸਕਦਾ ਤੁਸੀਂ ਇਹਨੂੰ ਧਿਆਨ ਦੇ ਨਾਲ ਕਰ ਲਿਓ ਅੱਜ ਦਾ ਤੁਹਾਡਾ ਕੁਐਸਚਨ ਹੈ ਰਾਜੇ ਕਹਿੰਦਾ ਵਾਟ ਇਜ਼ ਦਾ ਨੇਮ ਆਫ ਦਾ ਫਰਸਟ ਸੁਪਰ ਕੰਪਿਊਟਰ ਆਫ ਇੰਡੀਆ ਲੇਟਸ ਤੁਹਾਨੂੰ ਮੈਂ ਦੱਸਦਾ ਪ੍ਰੋਟਿਊਸ਼ ਤੇ ਤੁਸੀਂ ਦੱਸਣਾ ਮੈਨੂੰ ਫਰਸਟ ਕਿਹੜਾ ਸੀਗਾ ਸਾਗਾ 220 ਪਰਮ 8000 ENIC ਜਾਂ ਪਰਮ 6000 ਬਹੁਤ ਇੰਪੋਰਟੈਂਟ ਕੁਐਸਚਨ ਹੈ ਰਾਜੇ ਇਹ ਪੁੱਛਿਆ ਗਿਆ ਸੀਗਾ ਤੁਹਾਡਾ SBI ਦਾ ਇੱਕ ਪੇਪਰ ਹੋਇਆ ਸੀ ਮੈਨੇਜਰ IT ਉਹ ਚ ਪੁੱਛਿਆ ਗਿਆ ਸੀ ਤੇ ਇੱਕ ਪੰਜਾਬ ਦੇ ਵਿੱਚ ਪੇਪਰ ਹੋਇਆ ਸੀ ਮੈਨੂੰ ਨਾਮ ਨਹੀਂ ਪੇਪਰ ਦਾ ਯਾਦ ਆ ਰਿਹਾ ਉਹਦੇ ਵਿੱਚ ਵੀ ਪੁੱਛਿਆ ਗਿਆ ਕਿਉਂਕਿ ਮੈਂ ਉਹ ਪੇਪਰ ਰਿਵਿਊ ਕੀਤਾ ਸੀ ਉਹਦੇ ਵਿੱਚੋਂ ਮੈਨੂੰ ਦੇਖਣ ਨੂੰ ਮਿਲਿਆ ਸੀ ਇਹ ਕੁਐਸਚਨ ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈਗਾ ਤੱਕ ਕਈ ਵਾਰੀ ਕੱਲਾ ਪਰਮ ਲਿਖਿਆ ਜਾਂਦਾ ਹੈ ਕਈ ਵਾਰੀ ਕੀ ਹੈ ਪਰਮ ਦੇ ਨਾਲ ਅੱਗੇ ਸੀਰੀਜ਼ ਆ ਜਾਂਦੀ ਹੈ ਤਾਂ ਕਨਫਿਊਜ਼ ਨਹੀਂ ਹੋਣਾ ਨਾਲ ਸੀਰੀਜ਼ ਵੀ ਪੜ੍ਹਨੀ ਆਪਾਂ ਠੀਕ ਆ ਕੱਲਾ ਪਰਮ ਨਹੀਂ ਯਾਦ ਰੱਖਣਾਗਾ ਕਿਉਂਕਿ ਮੋਸਟਲੀ ਬੱਚਿਆਂ ਨੂੰ ਕੀ ਯਾਦ ਹੋਊਗਾ ਪਰਮ ਯਾਦ ਹੋਊਗਾ ਠੀਕ ਹੈ ਤੇ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਕਾਫੀ ਇਨਫੋਰਮੇਟਿਵ ਸੀਗੀ ਛੋਟਾ ਜਿਹਾ ਟੌਪਿਕ ਸੀਗਾ ਆਪਣਾ ਇਹ ਹੋ ਗਿਆ ਕਵਰ ਤੇ ਇਹ ਤੋਂ ਕਿਵੇਂ ਕੁਐਸਚਨ ਬਣਦੇ ਆ ਇਹ ਵੀ ਤੁਹਾਨੂੰ ਲੱਗੇ ਹੋਣਗੇ ਸਮਝ ਪਰ ਫਿਰ ਵੀ ਜੇ ਕੋਈ ਕੁਐਰੀਜ਼ ਹੋਈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਆਪਣਾ ਆਨਸਰ ਵੀ ਮੈਸੇਜ ਕਰ ਸਕਦੇ ਹੋ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਵਾਸਤੇ ਧੰਨਵਾਦ ਸਰਬੱਤ ਦਾ ਭਲਾ ਬਾਬਾ ਮਿਹਰ ਕਰੇ